ਇਸ ਲੋਰ ਦੇ ਨਿਵਾਦ ਕਰਦੇ ਆ ਪ੍ਰਭੂ ਜੀ, ਤੁਹਾਡੇ ਥੈਂਕਸ ਕਰਦੇ ਆ ਅੱਜ ਦੀ ਦਿਨ ਵਾਸਤੇ ਪ੍ਰਭੂ, ਜੋ ਮਿੱਥਿਆ ਸਮਾਂ ਸਾਡੇ ਜੀਵਨ ਦੇ ਵਿੱਚ ਲੈ ਕੇ ਆਏ ਪ੍ਰਭੂ, ਔਰ ਜਿੰਨੀ ਵਰਸ਼ਿਪ ਹੋਈ ਪ੍ਰਭੂ ਤੁਸੀਂ ਆਪਣੇ ਘਰ ਵਿੱਚ ਪ੍ਰਭੂ ਜੀ ਕਬੂਲ ਕਰੋ, ਜਿਸ ਤਰ੍ਹਾਂ ਕਰਨੈਲੀਅਸ ਦੇ ਪ੍ਰਭੂ ਜੀ ਤੁਸੀਂ ਦਾਨ ਉਹਦੀਆਂ ਪ੍ਰਾਰਥਨਾਵਾਂ ਤੁਸੀਂ ਆਪਣੇ ਘਰ ਵਿੱਚ ਕਬੂਲ ਕੀਤੀਆ ਪ੍ਰਭੂ, ਔਰ ਇਸ ਘਰ ਵਾਸਤੇ ਪ੍ਰੇਅਰ ਕਰਦੇ ਜਿਹੜਾ ਦੂਸਰੀ ਵਾਰ ਪ੍ਰਭੂ ਤੁਹਾਡੇ ਦਾਸਾਂ ਨੂੰ ਇਸ ਜਗ੍ਹਾ ਤੇ ਬੁਲਾਇਆ, ਔਰ ਪ੍ਰਭੂ ਜੀ ਬਹੁਤ ਵੱਡਾ ਵੈਲਕਮ ਕੀਤਾ ਤੁਹਾਡਾ ਇਸ ਜਗ੍ਹਾ ਤੇ ਪ੍ਰਭੂ, ਔਰ ਪ੍ਰਭੂ ਜੀ ਤੁਸੀਂ ਆਪਣੇ ਦਾਸਾਂ ਦੇ ਲੇਵਲ ਨੂੰ ਵਧਾਉਂਦੇ ਜੇ ਮੇਰੇ ਪਿਤਾ ਸਾਹਿਬ, ਮਹਿਮਾ ਆਦਰ ਜਲਾਲ ਤੁਹਾਨੂੰ ਮਿਲੇ ਮੇਰੇ ਖੁਦਾ, ਤੁਹਾਡਾ ਧੰਨਵਾਦ ਕਰਦੇ ਜਿੰਨੇ ਵੀ ਭੈਣ ਭਾਈ ਇਸ ਜਗ੍ਹਾ ਤੇ ਪਹੁੰਚੇ ਨੇ ਪ੍ਰਭੂ, ਤੁਹਾਡਾ ਆਤਮਾ ਉਹਨਾਂ ਨੂੰ ਛੂਵੇ, ਔਰ ਅੱਜ ਦੇ ਵਚਨ ਦੁਆਰਾ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਬਲੈਸ ਕਰੋ ਪ੍ਰਭੂ, ਔਰ ਜਿੰਨੇ ਵੀ ਦੂਰ ਦੂਰ ਤੋਂ ਵੱਖ ਵੱਖ ਜਗ੍ਹਾ ਤੋਂ ਪ੍ਰਭੂ ਜੀ ਤੁਹਾਡੇ ਬੱਚੇ ਆਏ ਨੇ ਪ੍ਰਭੂ, ਤੁਹਾਡਾ ਆਤਮਾ ਉਹਨਾਂ ਨੂੰ ਛੂਵੇ, ਔਰ ਤੁਹਾਡੇ ਦਾਸ ਨੂੰ, ਤੁਹਾਡੇ ਪ੍ਰੀਏ ਦਾਸ ਨੂੰ ਤੁਹਾਡੇ ਸਾਮਰਥੀ ਔਰ ਬਲਵੰਤ ਹੱਥਾਂ ਵਿੱਚ ਦੇਣੇ ਮੇਰੇ ਪਿਤਾ, ਅੱਜ ਦੀ ਪ੍ਰੀਚਿੰਗ ਨੂੰ ਪ੍ਰਭੂ ਤੁਹਾਡੇ ਸਾਮਰਥੀ ਹੱਥ ਵਿੱਚ ਦੇਣੇ ਪਿਤਾ, ਜਿਸ ਤਰ੍ਹਾਂ ਪ੍ਰਭੂ ਤੁਸੀਂ ਆਪਣੇ ਦਾਸ ਮੌਜਿਸ ਦਾ ਮੂੰਹ ਬਣ ਕੇ ਬੋਲਦੇ ਸੀ, ਆਪਣੇ ਦਾਸ ਜਿਰਮੀਆ ਦੇ ਮੂੰਹ ਦੇ ਵਿੱਚ ਆਪਣੇ ਵਚਨ ਭੇਜੇ ਮੇਰੇ ਪਿਤਾ, ਔਰ ਜਿਸ ਤਰ੍ਹਾਂ ਜਸ਼ਾਇਆ ਦੀ ਬਲਾਹਟ ਪ੍ਰਭੂ ਜੀ ਤੁਸੀਂ ਉਹਨੂੰ ਬਲੈਸ ਕੀਤਾ, ਇਸੇ ਤਰ੍ਹਾਂ ਪ੍ਰਭੂ ਜੀ ਆਪਣੇ ਦਾਸ ਨੂੰ ਪ੍ਰਭੂ ਜੀ ਤੁਸੀਂ ਮੂੰਹ ਬਣ ਕੇ ਬੋਲੋ ਮੇਰੇ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੇ ਪ੍ਰਭੂ, ਸਾਰੀ ਮਹਿਮਾ ਆਦਰਤਾ ਨੂੰ ਦੇਣੇ ਪ੍ਰਭੂ, ਦਇਆ ਕਿਰਪਾ ਕਰੇ, ਮਦਦ ਕਰੇ, ਯਿਸੂ ਕੇ ਨਾਮੇ ਆਮੀਨ ਆਮੀਨ ਆਮੀਨ। ਸਭ ਦਿਲ ਤੋਂ ਤਾਰੀਫ ਕਰਾਂਗੇ ਇੱਕ ਵਾਰ, ਦਿਲ ਤੋਂ ਤਾਰੀਫ, ਦਿਲ ਤੋਂ, ਕਿਉਂਕਿ ਬਚਨ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਵਾ, ਬਾਈਬਲ ਤੋਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ, ਆਮੀਨ। ਸਭ ਸਾਇਲੈਂਟ ਹੋ ਜਾਵਾਂਗੇ, ਕਿਸੇ ਨੇ ਕਿਸੇ ਨਾਲ ਬਾਤਚੀਤ ਨਹੀਂ ਕਰਨੀ, ਆਰਾਮ ਨਾਲ ਆਪਣੇ ਪੜੋਸੀ ਦੇ ਵੱਲ ਧਿਆਨ ਨਹੀਂ ਰੱਖਣਾ, ਸਿਰਫ ਬਾਈਬਲ ਵੱਲ ਧਿਆਨ ਦਿਓ, ਜੋ ਬਾਈਬਲ ਤੁਹਾਨੂੰ ਦਾਦੀ ਬਾਈਬਲ ਦੇ ਮੁਤਾਬਕ ਧਿਆਨ ਦਿਓ ਬਸ, ਆਮੀਨ। ਹਾਲੇਲੂਯਾ ਹਾਲੇਲੂਯਾ, ਸਭ ਹੱਥ ਟਾਕਰ ਬੋਲੋ ਹਾਲੇਲੂਯਾ। ਸਭ ਭੈਣ ਭਾਈ ਜੋ ਜੈਮ ਸੀ ਜੀ, ਅੱਜ ਕਿੰਨੇ ਲੋਕ ਆਨੰਦ ਨੇ, ਸਭ ਆਨੰਦ ਹੋ, ਆਨੰਦ ਵਿੱਚ ਆਨੰਦ ਹੀ ਰਵਾਂਗੇ ਨਾ, ਕਿਉਂਕਿ ਆਨੰਦ ਵਾਲਾ ਸਾਡੇ ਨਾਲ ਆ, ਜਦ ਤੱਕ ਉਹ ਸਾਡੇ ਨਾਲ ਰਹੇਗਾ ਸਾਡਾ ਆਨੰਦ ਕਦੇ ਖਤਮ ਨਹੀਂ ਹੋਏਗਾ। ਸਭ ਤਾਰੀਫ ਕਰੋ ਪਰਮੇਸ਼ਵਰ ਦੀ, ਕਿੰਨੇ ਲੋਕ ਵਚਨਾਂ ਦੇ ਵਾਸਤੇ ਤਿਆਰ ਨੇ, ਬਹੁਤ ਵਧੀਆ। ਰੰਗੀਲਾ ਸਾਹਿਬ ਬਹੁਤ ਤਕੜੀ ਜਾਤ ਛੱਡ ਗਏ ਨੇ, ਬ੍ਰਦਰ ਦੇ ਭਜਨ ਬੋਲ ਰਹੇ ਸੀ, ਬੜਾ ਆਨੰਦ ਆਇਆ, ਔਰ ਇਹ ਸੱਚਮੁੱਚ ਭਜਨ ਜਿਹੜੇ ਰੰਗੀਲਾ ਸਾਹਿਬ ਦੇ ਨੇ ਇਹ ਵਚਨ ਵਿੱਚੋਂ ਨੇ, ਔਰ ਇਹ ਆਨੰਦ ਨਾਲ ਭਰੇ ਹੋਏ ਭਜਨ ਨੇ, ਸੋ ਸੱਚਮੁੱਚ ਅਸੀਂ ਪ੍ਰਭੂ ਦੇ ਵਿੱਚ ਹਾਂ, ਆਨੰਦ ਹਾਂ, ਔਰ ਵਚਨ ਸੁਣਦੇ ਵਾਸਤੇ ਜਾ ਰਹੇ ਹਾਂ। ਲਿਖਿਆ ਕਿ ਇਹ ਵਚਨ ਸਾਡੇ ਜੀਵਨ ਦੇ ਅੰਦਰ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਵਚਨ ਤੋਂ ਬਗੈਰ ਸਾਡੀ ਜ਼ਿੰਦਗੀ ਅਧੂਰੀ ਹੈ, ਜੋ ਕੁਛ ਵੀ ਕਰ ਰਹੇ ਸੀ ਇਹਨਾਂ ਤੋਂ ਸਭ ਤੋਂ ਜ਼ਰੂਰੀ ਵਚਨ ਹੈ ਖੁਦਾ ਦਾ, ਕਿਉਂਕਿ ਵਚਨ ਹੀ ਸਾਡੇ ਰੂਹ ਨੂੰ ਬਚਾਵੇਗਾ, ਜੇ ਵਚਨ ਕੀ ਕਰਾਂਗੇ ਸੁਣਾਂਗੇ ਤੇ। ਲਿਖਿਆ ਇਹ ਵਚਨ ਸੱਚ ਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ, ਕਿ ਪ੍ਰਭੂ ਕਿਹਨਾਂ ਦੇ ਵਾਸਤੇ ਆਏ, ਪਾਪੀਆਂ ਦੇ ਵਾਸਤੇ, ਪ੍ਰਭੂ ਪਾਪੀਆਂ ਦੇ ਵਾਸਤੇ ਆਏ ਨੇ, ਨਵੇਂ ਨਰੋਇਆਂ ਵਾਸਤੇ ਨਹੀਂ ਆਏ, ਕਿਉਂਕਿ ਦੱਸਿਆ ਗਿਆ ਕਿ ਸਭ ਦੇ ਸਭ ਹੀ ਪਾਪੀ ਹਾਂ। ਲਿਖਿਆ ਕਿ ਇੱਕ ਇਨਸਾਨ ਨੇ ਪਾਪ ਕੀਤਾ ਔਰ ਪਾਪ ਸਾਰੇ ਮਨੁੱਖਾਂ ਵਿੱਚ ਫੈਲ ਗਿਆ, ਕਿਉਂਕਿ ਸਾਡੇ ਪਿਤਾ ਸੀ ਉਹਨਾਂ ਨੇ ਪਾਪ ਕੀਤਾ, ਅਸੀਂ ਉਹਨਾਂ ਦੀ ਸੰਤਾਨ ਹਾਂ,
ਅੱਜ ਬਹੁਤ ਸਾਰੇ ਲੋਕਾਂ ਦਾ ਕਹਿਣਾ ਵਾ ਕਿ ਮੈਂ ਕਦੀ ਪਾਪ ਨਹੀਂ ਕੀਤਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਇਹ ਗੱਲ ਕੋਈ ਕਹਿ ਸਕਦਾ ਵਾ? ਬਾਈਬਲ ਦੱਸਦੀ ਕਿ ਅਸੀਂ ਪੈਦਾਇਸ਼ੀ ਪਾਪੀ ਹਾਂ। ਸਾਡੀ ਪੈਦਾਇਸ਼ ਕਾਹਤੋਂ ਹੋਈ ਹੈ? ਪਾਪ ਤੋਂ। ਫਿਰ ਕੌਣ ਆਪਣੇ ਆਪ ਨੂੰ ਧਰਮੀ ਕਹਿ ਸਕਦਾ ਵਾ? ਰੋਮੀਓ ਇਸਦਾ 3:10 ਵਿੱਚ ਲਿਖਿਆ ਕਿ ਅਸੀਂ ਸਾਰੇ ਕੀ ਹੈ? ਕੋਈ ਧਰਮੀ ਨਹੀਂ, ਕੋਈ ਤਾਲਬ ਨਹੀਂ, ਸਭ ਦੇ ਸਭ ਲਿਖਿਆ ਕਿਰਾਏ ਪੈ ਗਏ। ਪਾਪੀ ਤਾਂ ਹੈ ਹੀ ਹੈ, ਕਿਉਂਕਿ ਉਹ ਸਹੀ ਰਸਤੇ ਨੂੰ ਕੀ ਕੀਤਾ? ਛੱਡ ਚੁੱਕੇ ਆ, ਅਸਲੀ ਮਾਰਗ ਨੂੰ ਛੱਡ ਚੁੱਕੇ ਨੇ, ਕਿਤੇ ਹੋ ਕੇ ਚੱਲ ਪਏ ਨੇ। ਅੱਜ ਬੇਸ਼ੱਕ ਵੀ ਚਰਚ ਜਾਂਦੇ ਨੇ ਪਰ ਵਚਨ ਨੂੰ ਨਹੀਂ ਲੈਂਦੇ। ਵੀ ਪਿਛਲੀ ਵਾਰ ਜਿਹੜੀ ਇਸੀ ਜਗ੍ਹਾ ਤੇ ਆਬਾਦਤ ਹੋਈ ਸੀ, ਕਿੰਨੇ ਲੋਕ ਆਬਾਦਤ 'ਚ ਆਏ ਸੀ? ਠੀਕ ਹੈ, ਵਚਨ ਕਿੰਨੇ ਲੋਕਾਂ ਨੂੰ ਯਾਦ ਹੈ? ਇੱਕ ਵਾਰ ਫਿਰ ਤੋਂ ਆਪਣਾ ਹੱਥ ਖੜਾ ਕਰੋ ਜਿਹਨਾਂ ਨੂੰ ਵਚਨ ਯਾਦ ਹੈ। ਲਓ ਜੀ, ਦੇਸਾ ਜੀ, ਲਿਖਿਆ ਕਿ ਇਹ ਵਚਨ ਹੋਣਾ ਸਾਡੇ ਜੀਵਨ ਦੇ ਅੰਦਰ ਬਹੁਤ ਹੀ ਜ਼ਰੂਰੀ ਹੈ। ਇੱਕ ਇਨਸਾਨ ਨੂੰ ਵਚਨ ਯਾਦ ਨਹੀਂ ਹੈ, ਫਿਰ ਕੀ ਸਿਫਤ ਕਰੀਏ ਇਹਨਾਂ ਦੀ? ਆਉਂਦੇ ਹਟ ਜਾਓ ਪਿੱਛੇ, ਮੈਂ ਖਾਂਬਰੇ ਜਾਂਦਾ ਹੀ, ਵਚਨ ਕਿੱਥੇ ਹੈ? ਮੈਂ ਪੁੱਛ ਰਿਹਾ ਵਾਂ ਕਿ ਪਿਛਲੀ ਵਾਰ ਜਿਹੜਾ ਇਸ ਜਗ੍ਹਾ ਤੇ ਪ੍ਰਭੂ ਦਾ ਸੰਦੇਸ਼ ਖੋਲਿਆ ਗਿਆ ਸੀ, ਕਿੰਨੇ ਲੋਕਾਂ ਨੇ ਉਸ ਵਚਨ ਨੂੰ ਆਪਣੇ ਜੀਵਨ ਦੇ ਅੰਦਰ ਰੱਖਿਆ? ਇੱਥੇ ਨਹੀਂ ਜਾ ਕੁਮਾਰ, ਵਾਹ ਕਿਆ ਬਾਤ ਹੈ, ਕਿਸੇ ਨੂੰ ਵਚਨ ਯਾਦ ਨਹੀਂ ਹੈ। ਜੇ ਕਿਤੇ ਕੱਢੀ ਦੀ ਗੰਦੀ ਗਾਲ ਤੋ ਸਦਾ ਸਾਨੂੰ ਕੀ ਰਹਿੰਦੀ? ਯਾਦ ਰਹਿੰਦੀ, ਬੁਰਾ ਕੰਮ ਯਾਦ ਰਹਿੰਦਾ ਵਾ, ਚੰਗਾ ਕੰਮ ਯਾਦ ਨਹੀਂ ਰਹਿੰਦਾ। ਕੋਈ ਪਾਦਰੀ ਮੇਰੇ ਕੋਲ ਵਚਨ ਸੁਣਾ ਰਿਹਾ ਸੀ, ਜੇ ਕੋਈ ਤੇਰੀ ਇਸ ਗੱਲ ਤੇ ਮਾਰੇ ਤੇ ਆਹ ਪਾਸਾ ਗਾੜੀ ਕਰਦੇ। ਇੱਕ ਨੌਜਵਾਨ ਛਿੰਦਰ ਗਿਆ, ਉੱਠਿਆ, ਉਹਨੇ ਐਡੀ ਤਕੜੀ ਗੋਲ ਕੱਢੀ ਪਾਦਰੀ ਨੂੰ, ਗੋਲ ਕੱਢ ਕੇ ਜਿਉਂ ਭੱਜਾਈ, ਬਥੇਰੇ ਮਗਰ ਪਏ ਉਹਦੇ। ਔਰ ਉਹਨੂੰ ਪਤਾ ਮੈਂ ਗਲਤੀ ਕਰਕੇ ਆਇਆ ਵਾਂ, ਇਹਨਾਂ ਫੜ ਲਿਆ ਮੈਨੂੰ ਛੱਡਣਾ ਨਹੀਂ। ਕੋਈ ਸਮਾਂ ਹੋਇਆ, ਕਾਫੀ ਸਮਾਂ ਲੰਘ ਗਿਆ, ਇੱਕ ਦਿਨ ਫਿਰ ਉਹ ਦੱਸਿਆ ਗਿਆ ਕਿ ਬਾਅਦ 'ਚ ਆ ਗਿਆ। ਜਦੋਂ ਉਹਨਾਂ ਨੇ ਨੌਜਵਾਨਾਂ ਨੇ ਵੇਖਿਆ ਨਾ, ਫਿਰ ਉਹ ਬੰਦਾ ਆ ਗਿਆ ਫਿਰ ਜਿਹਨੇ ਸਾਡੇ ਪਾਦਰੀ ਨੂੰ ਸਿੰਦਰ ਕੇ ਪਰਨੇ ਲਾ ਲੇ, ਫੜ ਲਿਆ ਦੋਨੋਂ, ਇਹਨੂੰ ਕਾਬੂ ਕਰਨ ਜਾਣ ਨਹੀਂ ਦੇਣਾ, ਜਾ ਫੜ ਲਿਆ ਜਾ ਫੜ ਲਿਆ। ਦੱਸਿਆ ਗਿਆ ਕਿ ਉਹਨੂੰ ਜਦੋਂ ਫੜਿਆ ਤਾਂ ਭਰਾ ਦੱਸੋ ਮੈਨੂੰ ਮੇਰਾ ਕਸੂਰ ਕੀ ਆ, ਉਹ ਮੇਰਾ ਗਾਲਾਂ ਤੇ ਛੱਡ ਦੋ, ਉਹ ਮੇਰਾ ਕਸੂਰ ਕੀ ਆਉਂਦੇ ਤੈਨੂੰ ਦੱਸਦੇ ਪੁੱਤ, ਉੱਥੇ ਤੇ ਗਾਂ ਆ ਯਾਰ ਸਾਡੇ ਪਾਦਰੀ ਲੱਗੇ। ਕਹਿੰਦਾ ਵੀ ਤੂੰ ਸਾਡੇ ਪਾਦਰੀ ਨੂੰ ਗਾਲ ਕੱਢੀ ਆ? ਕਹਿੰਦਾ ਵੀ ਮੈਂ ਨਹੀਂ ਕੱਢੀ। ਕਹਿੰਦਾ ਸਾਡੇ ਪਾਦਰੀ ਨੂੰ ਗਾਲ ਕੱਢ, ਕਹਿੰਦਾ ਮੈਂ ਨਹੀਂ ਕੱਢੀ। ਆਂਦਾ ਮੇਰਾ ਬੰਨਾ ਢਿੱਲਾ ਕਰੋ, ਅੱਛਾ ਦੱਸੋ ਮੈਨੂੰ ਇਹ ਗੱਲ, ਚਲੋ ਮੈਂ ਗਾਲ ਕੱਢੀ ਸਹੀ, ਇਹ ਦੱਸੋ ਕਿ ਉਸ ਵਕਤ ਤੁਹਾਡਾ ਪਾਦਰੀ ਕੀ ਬੋਲਿਆ ਜਿਸ ਵਕਤ ਮੈਂ ਗਾਲ ਕੱਢੀ ਸੀ? ਦੱਸੋ ਤੇ ਯਾਦ ਕਿਸੇ ਨੂੰ ਬਣਾ? ਆਂਦਾ ਚਲੋ ਬੰਨਾ ਉੱਧਰ ਕਰੋ, ਉਹ ਤੁਹਾਨੂੰ ਗੰਦੀ ਗਾਲ ਰਹਿ ਗਈ, ਯਾਦ ਤੇ ਵਚਨ, ਵਚਨ ਕਿੱਥੇ ਆ?
ਰਣਜੀਤ ਸਿੰਘ ਨੇ ਪਿਛਲੇ ਕੀ ਖਵਾਇਆ ਸਾਨੂੰ ਸਭ ਨੂੰ ਯਾਦ ਹੋਏਗਾ ਬੋਲਣਾ ਤੇ ਜ਼ਬਾਨ ਮਾਰ ਮਾਰ ਕੇ ਖਾਂਦੇ ਹਾਂ ਤੇ ਵਚਨ ਵਚਨ ਕਿੱਥੇ ਆ ਲਿਖਿਆ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ ਰਾਹ ਜਾਂਦਿਆਂ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਆਪਣੇ ਬੱਚਿਆਂ ਨੂੰ ਕੀ ਕਰੋ ਸਿਖਾਓ ਔਰ ਲਿਖਿਆ ਇਹਨਾਂ ਗੱਲਾਂ ਦਾ ਆਪਣੇ ਬੱਚਿਆਂ ਅੱਗੇ ਚਰਚਾ ਕਰੋ ਤਾਂ ਕਿ ਤੁਹਾਡੇ ਬੱਚੇ ਤਾਂ ਕਿ ਤੁਹਾਡੇ ਬੱਚੇ ਉਹਨਾਂ ਦਾ ਜੀਵਨ ਬਚ ਜਾਵੇ ਲਿਖਿਆ ਕਿ ਇਹ ਗੱਲਾਂ ਤੁਹਾਡੇ ਹਿਰਦਿਆਂ ਉੱਤੇ ਹੋਰ ਹੈਗੀਆਂ ਬਾਬਾ ਸੋਹਣ ਲਾਲ ਜੀ ਆ ਵੇਖੋ ਵਿਚਾਰੂ ਧਰਤੀ ਮਰ ਗਏ ਕਿਸੇ ਨੂੰ ਬਚਨ ਯਾਦ ਨਹੀਂ ਜੋ ਗੰਗਾ ਗਏ ਤੇ ਗੰਗਾ ਰਾਮ ਤੇ ਜਮੁਨਾ ਗਏ ਤੇ ਜਮੁਨਾ ਰਾਮ ਏਦਾਂ ਨੀ ਗੱਲ ਬਣਨੀ ਇਹ ਬੱਚੇ ਨੂੰ ਆਪਣੇ ਹਿਰਦੇ ਅੰਦਰ ਲੈਣਾ ਵਾ ਤੁਹਾਨੂੰ ਪਤਾ ਅਸੀਂ ਸਰੀਰ ਛੱਡ ਤੋਂ ਮਗਰੋਂ ਕਿੱਥੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਆਹਤੋ ਆਹਤੋ ਸਵਰਗ ਵਿੱਚ ਆਖੋ ਸੁਰ ਕੇ ਜਾ ਰਹੇ ਆਖੋ ਆਖੋ ਚਲੋ ਹੱਥੀ ਖੜਾ ਕਰ ਦਿਓ ਲਓ ਜੀ ਮੈਂ ਕਿਹਾ ਬਹੁਤ ਉੱਠ ਲੈਂਦਾ ਯਾਰ ਮੈਨੂੰ ਪ੍ਰਭੂ ਕਹਿੰਦਾ ਉੱਠ ਕੇ ਖੜਾ ਹੋ ਯਾਰ ਇਹਨਾਂ ਨੂੰ ਪੁੱਛ ਕਿਹਨੂੰ ਯਾਦ ਆ ਲਿਖਿਆ ਕਿ ਇਹ ਹਰ ਮਾਤਾ ਪਿਤਾ ਦੀ ਡਿਊਟੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਰ ਤਾਈ ਦਾ ਵਚਨ ਦੱਸਣਾ ਤਾਂ ਕਿ ਸਾਡੇ ਬੱਚੇ ਬੁੱਧੀਮਾਨ ਬਣ ਅੱਜ ਨੌਜਵਾਨ ਕਿੰਨੇ ਬਰਬਾਦ ਹੋ ਰਹੇ ਨੇ ਅੰਦਰ ਵਚਨ ਹੈ ਵਚਨ ਹੈਗਾ ਜਿਸ ਇਨਸਾਨ ਦੇ ਅੰਦਰ ਵਚਨ ਉਹ ਕਦੀ ਗਲਤੀ ਨਹੀਂ ਕਰਦਾ ਚਲੀਏ ਖੁਦਾ ਦੇ ਵਚਨਾਂ ਵਿੱਚ ਕਹਾਵਤਾਂ ਦੀ ਕਿਤਾਬ ਇਸਦਾ 23 ਅਧਿਆਇ ਕਿੰਨੇ ਲੋਕ ਵਚਨ ਲੈ ਕੇ ਆਏ ਨੇ ਵਚਨ ਕਿੰਨੇ ਲੋਕਾਂ ਕੋਲ ਵਿਖਾਓ ਵਚਨ ਜਿੰਨੇ ਕੋਲ ਵਚਨ ਆ ਉਹ ਸਿਪਾਹੀ ਨੇ ਉਹ ਸਿਪਾਹੀ ਨੇ ਯਸੂ ਦੇ ਜਿਹਨਾਂ ਕੋਲ ਹਥਿਆਰ ਆ ਉਹ ਯਸੂ ਦੇ ਸਿਪਾਹੀ ਨੇ ਜਿਹਨਾਂ ਕੋਲ ਹਥਿਆਰ ਨਹੀਂ ਆ ਉਹ ਨਹੀਂ ਜੀ ਕੁਛ ਵੀ ਅੱਜ ਕਈਆਂ ਲੋਕਾਂ ਨੂੰ ਵਚਨ ਚੁੱਕਣ ਦੀ ਬੜੀ ਪਰੇਸ਼ਾਨੀ ਹੁੰਦੀ ਹੈ ਕੋਈ ਆਦਮੀ ਚਰਚ ਜਾ ਰਿਹਾ ਸੀ ਤੂੰ ਆਪਣੇ ਪੋਤਰਿਆਂ ਨੂੰ ਨਾਲ ਹੀ ਜਾਂਦਾ ਸੀ ਉਹਨੇ ਵਚਨ ਫੜਿਆ ਦਾ ਬਾਬਾ ਆ ਬਾਈਬਲ ਤੈਨੂੰ ਪੜ੍ਹਨੀ ਤੇ ਆਉਂਦੀ ਨੀ ਤੇ ਤੂੰ ਇਹਨੂੰ ਕੋਈ ਲਈ ਫਿਰਦਾ ਆਂਦਾ ਮੈਨੂੰ ਨਹੀਂ ਆਉਂਦੀ ਪਰ ਮੇਰੇ ਪੋਤਰਿਆਂ ਨੂੰ ਮੇਰੇ ਪੋਤਰੇ ਨੂੰ ਆਉਂਦੀ ਹੈ ਸਭ ਤਾਰੀਫ ਕਰੋ ਪਰਮੇਸ਼ੁਰ ਦੀ ਆਂਦਾ ਮੇਰੇ ਪੋਤਰੇ ਮੈਨੂੰ ਸੁਣਾਉਣਗੇ ਵਚਨ ਖੁਦਾ ਦਾ ਅਸੀਂ ਸਵਰਗ ਵਿੱਚ ਜਾਵਾਂਗੇ ਇਸ ਬੱਚੇ ਨੇ ਸਵਰਗ ਚ ਖਾਣਾ ਚਮਟਕਾਰਾਂ ਨੇ ਨੀ ਜੀ ਖਾਣਾ ਵੀ ਦੇਖੇ ਜੋ ਜਿੰਨੇ ਮਰਜ਼ੀ ਆ ਜਿੰਨੇ ਮਰਜ਼ੀ ਭੰਗੜੇ ਪਾਓ ਪਾਈ ਜਾਓ ਅੱਜ ਬੱਚੇ ਨੂੰ ਬਰਕਤ ਦਿੱਤਾ ਜਾਂਦਾ ਵਾ ਚੰਗਾਈ ਤੇ ਦਿੱਤਾ ਜਾਂਦਾ ਵਾ ਤੇ ਸਵਰਗ ਵਾਸਤੇ ਸਵਰਗ ਵਾਸਤੇ ਕੀ ਹੈ ਬਰਕਤਾਂ ਲੈ ਕੇ ਜਾਵਾਂਗੇ ਸਵਰਗ ਚ ਜਿਹੜੀਆਂ ਮੰਗਦੇ ਆ ਉਹ ਲੈ ਕੇ ਜਾਵਾਂਗੇ ਜਿੰਨੀ ਅਸੀਂ ਬਰਕਤਾਂ ਮੰਗਦੇ ਆ ਉਹ ਲੈ ਕੇ ਜਾਵਾਂਗੇ ਕਿਉਂਕਿ ਬਰਕਤਾਂ ਤੁਹਾਡੇ ਨਾਲ ਨਹੀਂ ਜਾਣੀ ਹੈ ਤੁਹਾਡੀ ਰੋਹ ਸਵਰਗ ਜਾਣੀ ਜੀ ਸਭ ਤਾਰੀਫ ਕਰੋ ਪਰਮੇਸ਼ਵਰ ਦੀ ਕਹਾਵਤਾਂ ਦੀ ਕਿਤਾਬ ਇਸਦਾ 23 ਅਧਿਆਇ ਦੀ ਅਸੀਂ 18 ਐਤ ਨੂੰ ਵੇਖਾਂਗੇ ਲਿਖਿਆ ਇਹ ਸਭ ਕੁਝ ਆਖਰ ਹੈ ਪਰ ਤੇਰੀ ਆਸ ਨਹੀਂ ਟੁੱਟੇਗੀ ਸਭ ਤਾਰੀਫ ਕਰੋ ਪਰਮੇਸ਼ਵਰ ਦੀ ਇਹ ਸਭ ਕੁਝ ਆਖਰ ਹੈ ਹਾਂਜੀ ਕਿਉਂ ਜੋ ਸੱਚਮੁੱਚ ਆਖਰ ਹੈ ਅਤੇ ਤੇਰੀ ਆਸ ਨਾ ਟੁੱਟੇਗੀ ਹੇ ਮੇਰੇ ਪੁੱਤਰ ਤੂੰ ਸੁਣ ਅਤੇ ਬੁੱਧਵਾਨ ਹੋ ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ ਹਾਲੇਲੂਯਾ 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 ਲਿਖਿਆ ਕਿ ਇਹ ਸਭ ਕੁਝ ਆਖਰ ਆਏ ਮੇਰੇ ਪੁੱਤਰ ਤੇਰੀ ਆਸ ਨਹੀਂ ਟੁੱਟੇਗੀ ਸੁਣ ਤੇ ਕੀ ਕਰ ਆਪਣੇ ਮਨ ਨੂੰ ਕੀ ਕਰ
ਲਿਖਿਆ ਸਿੱਧੇ ਰਾਹ ਤੇ ਲਾ ਕਿ ਟੇਢੇ ਰਾਹ ਦੇ ਟੇਢੇ ਰਾਹ ਦੇ ਆ ਟੇਢੀ ਚਾਲ ਕਿਹਦੀ ਆ ਕਿਹਦੀ ਆ ਦੱਸ ਦੋ ਉਹਨੂੰ ਤੇ ਜਾਣਦੇ ਜੇ ਕਿ ਨਹੀਂ ਦੱਸ ਦੋ ਸੱਪ ਦੀ ਚਾਲ ਟੇਢੀ ਹੁੰਦੀ ਆ ਪਰ ਟੇਢੇ ਰਾਹ ਤੇ ਅਸੀਂ ਆਪਣੇ ਆਪ ਨੂੰ ਨਹੀਂ ਲਾਉਣਾ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਕਿ ਆਪਣੇ ਆਪ ਨੂੰ ਸਿੱਧੇ ਰਾਹ ਤੇ ਲੈ ਕੇ ਜਾ ਜਦੋਂ ਤੁਸੀਂ ਆਪਣੇ ਆਪ ਨੂੰ ਸਿੱਧੇ ਰਾਹ ਤੇ ਲੈ ਕੇ ਜਾਓਗੇ ਫਿਰ ਜੋ ਕੁਛ ਮਰਜ਼ੀ ਤੁਹਾਡੇ ਅੱਗੇ ਹੁੰਦਾ ਰਹੇ ਤੁਹਾਨੂੰ ਕੋਈ ਪਰਵਾਹ ਕਿਉਂ ਕਿਉਂਕਿ ਤੁਹਾਡਾ ਰਾਹ ਕਿਹੜਾ ਵਾ ਲਿਖਿਆ ਕਿ ਪਰਮੇਸ਼ਰ ਦੇ ਮਾਰਗ ਸਿੱਧੇ ਹਨ ਉਹ ਸਾਨੂੰ ਆਪਣੇ ਮਾਰਗ ਤੇ ਚੱਲਣ ਦੇ ਵਾਸਤੇ ਕਹਿੰਦੇ ਨੇ ਇਸ ਬੱਚੇ ਨੇ ਸਾਡੀ ਅਗਵਾਈ ਕਰਨੀ ਹੈ ਅੱਜ ਅਸੀਂ ਇਸ ਬੱਚੇ ਨੂੰ ਲੈ ਕੇ ਜਾਣਾ ਇਹ ਵਚਨ ਹੋਣਾ ਸਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਜੇ ਇਹ ਵਚਨ ਸਾਡੀ ਜ਼ਿੰਦਗੀ 'ਚ ਨਾ ਹੋਇਆ ਕੀ ਹੋ ਗਿਆ ਕਾਕਾ ਲਿਖਿਆ ਕਿ ਮੇਰੇ ਪੁੱਤਰ ਕੀ ਕਰ ਆਪਣੇ ਮਨ ਨੂੰ ਸਿੱਧੇ ਰਾਹ ਤੇ ਲਾ ਹਾਂਜੀ ਫਿਰ ਤੂੰ ਸ਼ਰਾਬੀਆਂ ਦੇ ਨਾਲ ਨਾ ਰਲ ਤੂੰ ਸ਼ਰਾਬੀਆਂ ਨਾਲ ਨਾ ਰਲ ਨਾ ਹੀ ਪੇਟੂ ਕਬਾਬੀਆਂ ਔਰ ਨਾ ਹੀ ਪੇਟੂ ਕਬਾਬੀਆਂ ਨਾਲ ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ ਸ਼ਰਾਬੀ ਤੇ ਪੇਟੂ ਇੱਕ ਦਿਨ ਗਰੀਬ ਹੋ ਜਾਂਦੇ ਹਨ ਅਤੇ ਨੀਂਦਰ ਆਦਮੀ ਨੂੰ ਲੀਰਾ ਉਹ ਲਿਖਿਆ ਨੀਂਦਰ ਆਦਮੀ ਨੂੰ ਲੀਰਾ ਪਹਿਨਾਉਂਦੀ ਹੈ ਉਹਨਾਂ ਦਾ ਜਿਹੜਾ ਸ਼ਰਾਬੀਆਂ ਨਾਲ ਸਫ਼ਰ ਕਰਦੇ ਹੋ ਚੰਗਾ ਸਫ਼ਰ ਕਿਉਂਕਿ ਪ੍ਰਭੂ ਦਾ ਵਚਨ ਕਹਿੰਦਾ ਵਾ ਕਿ ਤੂੰ ਉਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਬਚਾਉਣ ਦੀ ਲੋੜ ਹੈ ਕਿ ਨਹੀਂ ਫਿਰ ਤੇ ਸਾਡੇ ਅੰਦਰ ਵਚਨ ਤੇ ਫਿਰ ਕੀ ਕਰੀਏ ਆਪਣੇ ਬੱਚਿਆਂ ਨੂੰ ਕੀ ਕਰੀਏ ਸਿਖਾਈਏ ਕਿ ਨਹੀਂ ਕਿਉਂਕਿ ਜੇ ਤੁਸੀਂ ਅੱਜ ਇਬਾਦਤ ਦੇ ਵਿੱਚ ਆਏ ਹੋ ਫਿਰ ਤੁਹਾਡਾ ਫਰਜ਼ ਬਣਦਾ ਕਿ ਇਹ ਵਚਨ ਅਸੀਂ ਆਪਣੇ ਬੱਚਿਆਂ ਨੂੰ ਜਾ ਕੇ ਕੀ ਕਰੀਏ ਦਈਏ ਜਦੋਂ ਤੁਹਾਡੇ ਬੱਚਿਆਂ ਦੇ ਜੀਵਨ ਦਾ ਅੰਦਰ ਖੁਦਾ ਦਾ ਵਚਨ ਆਏਗਾ ਉਹਨਾਂ ਦੇ ਪਾਪ ਵੱਲ ਕਦੀ ਪੈਰ ਨਹੀਂ ਤੁਰਨਗੇ ਕਿਉਂਕਿ ਉਹਨਾਂ ਦੇ ਅੰਦਰ ਕੀ ਹੈ ਉਹਨਾਂ ਦੇ ਅੰਦਰ ਖੁਦਾ ਦਾ ਵਚਨ ਹੈ ਲਿਖਿਆ ਕਿ ਬੁਰੀ ਸੁਸਾਇਟੀ ਚੰਗੇ ਚੱਲਣ ਚਾਲ ਨੂੰ ਕੀ ਕਰਦੀ ਆ ਵਿਗਾੜ ਦਿੰਦੀ ਹੈ ਇਹਨਾਂ ਦਾ ਕਸੂਰ ਨਹੀਂ ਕਸੂਰ ਹੈ ਬੁਰੀ ਸੁਸਾਇਟੀ ਦਾ ਕਸੂਰ ਹੈ ਬੁਰੇ ਲੋਕਾਂ ਦਾ ਜਦੋਂ ਅਸੀਂ ਬੱਚੇ ਨੂੰ ਛੱਡ ਕੇ ਤੇ ਉਹਨਾਂ ਦੀ ਸੰਗਤੀ ਕਰਦੇ ਹਾਂ ਉਹਨਾਂ ਦਾ ਕੋਈ ਕਸੂਰ ਨਹੀਂ ਸਾਡਾ ਕਸੂਰ ਹੈ ਭਾਵੇਂ ਘਰ ਵਿੱਚ ਕੀ ਹੈ ਕੁਛ ਵੀ ਨਾ ਹੋਵੇ ਪਰ ਜਦੋਂ ਅਸੀਂ ਉਹਨਾਂ ਲੋਕਾਂ ਦੇ ਨਾਲ ਜਾ ਕੇ ਰਹਦੇ ਹਾਂ ਫਿਰ ਅਸੀਂ ਵੀ ਬੁਰੇ ਕੰਮਾਂ ਵਾਸਤੇ ਤਿਆਰ ਹੋ ਜਾਂਦੇ ਅੱਜ ਕਿੰਨੇ ਲੋਕ ਨੇ ਜਿਹਨਾਂ ਦੇ ਘਰ ਵਿੱਚ ਕੁਛ ਨਹੀਂ ਸ਼ਾਇਦ ਘਰ ਵੀ ਨਹੀਂ ਆ ਕਿਹੜੇ ਕੰਮ ਕਰ ਰਹੇ ਹੋ ਬੁਰੇ ਕੰਮ ਕਰਦੇ ਨੇ ਕਿਉਂਕਿ ਜਦ ਤੱਕ ਅਸੀਂ ਵਚਨਾਂ ਵਿੱਚ ਨਹੀਂ ਆਵਾਂਗੇ ਤਦ ਤੱਕ ਇਹ ਕੰਮ ਸਾਡੀ ਜ਼ਿੰਦਗੀ 'ਚ ਜਾ ਨਹੀਂ ਸਕਦੇ ਹਾਂਜੀ ਫਿਰ ਆਪਣੇ ਪਿਓ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈ ਅਤੇ ਆਪਣੀ ਮਾਂ ਨੂੰ ਉਹਦੇ ਬੁਢੇਪੇ ਦੇ ਸਮੇਂ ਤੋਂ ਸੁਣਾ ਜਾ ਕਿਹਾ ਕਿ ਆਪਣੇ ਪਿਓ ਦੀ ਗੱਲ ਨੂੰ ਸੁਣ ਜਿਸ ਤੋਂ ਤੂੰ ਜੰਮਿਆ ਹੈ ਜੇ ਅਸੀਂ ਅੱਜ ਖੁਦਾ ਦੇ ਵਚਨ ਨੂੰ ਸੁਣਦੇ ਤੇ ਉਹਦੇ ਮੁਤਾਬਕ ਚੱਲਦੇ ਹਾਂ ਤੇ ਸਾਡਾ ਜੀਵਨ ਕਦੀ ਬੁਰੇ ਰਾਹ ਤੇ ਨਹੀਂ ਜਾਏਗਾ ਕਦੀ ਵੀ ਸਾਡੀ ਜ਼ਿੰਦਗੀ ਨਹੀਂ ਖਰਾਬ ਹੋਵੇਗੀ ਜਦੋਂ ਅਸੀਂ ਕੀ ਕਰਦੇ ਹਾਂ ਅਸੀਂ ਬੁਰੇ ਲੋਕਾਂ ਦੇ ਨਾਲ ਕੀ ਕਰਦੇ ਹਾਂ ਰਲਦੇ ਹਾਂ ਔਰ ਉਹਨਾਂ ਦਾ ਸਾਥ ਦਿੰਦੇ ਹਾਂ ਔਰ ਫਿਰ ਦੱਸਿਆ ਗਿਆ ਕਿ ਖੁਦਾ ਦੀ ਜੋ ਦੱਸਿਆ ਗਿਆ ਕਿ ਖੁਦਾ ਦਾ ਕਹਿਰ ਸਾਡੇ ਤੇ ਆਉਣਾ ਸ਼ੁਰੂ ਹੁੰਦਾ ਫਿਰ ਸਾਡੇ ਵਾਸਤੇ ਇੱਕ ਬਰਬਾਦੀ ਸ਼ੁਰੂ ਹੁੰਦੀ ਆ ਕਿਉਂਕਿ ਅਸੀਂ ਸਿੱਧੇ ਰਾਹ ਨੂੰ ਕੀ ਕੀਤਾ ਵਾ ਛੱਡ ਦਿੱਤਾ ਹਾਂਜੀ ਸੱਤ ਨੂੰ ਮੁੱਲ ਲੈ ਉਹਨੂੰ ਵੇਚੀ ਨਾ ਨਾਲੇ ਬੁੱਧ ਸਿੱਖਿਆ ਤੇ ਸਮਝ ਨੂੰ ਲਿਖਿਆ ਕਿ ਸੱਚ ਨੂੰ ਮੁੱਲ ਲੈ ਇਹਨੂੰ ਵੇਚੀ ਨਾ ਨਾਲੇ ਬੁੱਧ ਤੇ ਸਿੱਖਿਆ ਨੂੰ
क्यों की करना वा अच्छी परमेश्वर की मर्जी नू पूरा करना वा जो असि वचन पढ़ा तो हमेशा असि अपने माता पिता की आज्ञाकारी करांगे। पंजवे हुक्म अंदर की लिखा वा पंजवा हुक्म की दसदा वा किन्ने लोगों ने याद है अपना हाथ खड़ा करो लो जी एक बच्चे नू याद है दो तीन पंजवा हुक्म की दसदा वा तुसी अपने माता पिता की करो सेवा करो आज्ञाकारी करो सेवा करो उन्होंने अधीन रहो उन्होंने गल न मनो जो ते माता पिता खुश हो गए तो ता खुदा भी की होगा सब तारी करो परमेश्वर की जे ता सेवक खुश आ तो ता खुदा भी की खुश है जे ता सेवक नाराज आ तो ता खुदा भी की नाराज है मैं दादा कि कई बार तुम जिनी मर्जी सेवा करो जे ते मत्थे झूड़ी पई तो फिर खुदा खुश नहीं जाएगा लिखा कि तुम नलके तो फोका पानी लैके गिलास दे दोगे खुशी में तो खुदा की होगे सब तारी करो परमेश्वर की क्योंकि असि इस जगह से हर इंसान प्रभु की इच्छा को पूरा करने वास्ते आया उसकी मर्जी को की करना वा पूरा करना वा अज जिन्हें लोग परमेश्वर की मर्जी बेच ने उन्होंने आप किस तरह वेने खुशहाल वेने उन्होंने चेहरे खुश वेखते हैं उन्होंने मुंह के उ मुस्कान होंगी है और कहता भी मैं प्रभु में गई हाँ आनंद आज आप कि भरपूरी में आनंद की भरपूरी में सारे सब तारी गुरु परमेश्वर की क्योंकि ये वचन साड़ी जिंदगी च होना बहुत ही जरूरी है। हाँ जी फिर ਧਰਮੀ ਦਾ ਪਿਓ ਅਤ ਖੁਸ਼ ਹੋਵੇਗਾ ਅਤੇ ਜੇ ਤੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਆਨੰਦ ਰਹੇਗਾ ਤੇਰੇ ਮਾਪੇ ਆਨੰਦ ਹੋਣ ਤੇਰੀ ਜਨਨ ਵਾਲੀ ਖੁਸ਼ ਹੋਵੇ ਹੇ ਮੇਰੇ ਪੁੱਤਰ ਆਪਣਾ ਦਿਲ ਮੈਨੂੰ ਦੇ ਅਤੇ ਤੇਰੀਆਂ ਅੱਖੀਆਂ ਮੇਰੀ ਰਾਹਾਂ ਵੱਲ ਲੱਗੀਆਂ ਰਹਿਣ ਸਭ ਤਾਰੀਫ਼ ਕਰੋ ਪਰਮੇਸ਼ਵਰ ਦੀ ਆਏ ਮੇਰੇ ਪੁੱਤਰ ਆਪਣਾ ਦਿਲ ਮੈਨੂੰ ਦੇ ਤੇਰੀਆਂ ਅੱਖਾਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ ਕਦ ਜਦ ਅਸੀਂ ਆਪਣੇ ਪਿਤਾ ਨੂੰ ਕੀ ਕਰਾਂਗੇ ਖੁਸ਼ ਕਰਾਂਗੇ ਜਦੋਂ ਉਸਨੂੰ ਆਪਣਾ ਦਿਲ ਦੇਵਾਂਗੇ ਤਾਂ ਕੀ ਕਰੇਗਾ ਸਾਡੇ ਉੱਪਰ ਉਹ ਆਪਣੀ ਮਹਾਨ ਕਿਰਪਾ ਕਰੇਗਾ ਉਹਦੀ ਮਹਾਨ ਕਿਰਪਾ ਵੱਡੀ ਕਿਰਪਾ ਕਿਉਂਕਿ ਕਦ ਹੋਏਗੀ ਜਦੋਂ ਅਸੀਂ ਆਪਣਾ ਦਿਲ ਆਪਣੇ ਪਿਤਾ ਨੂੰ ਕੀ ਕਰਾਂਗੇ ਦੇਵਾਂਗੇ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਆਪਣਾ ਜੀਵਨ ਦੇਵਾਂਗੇ ਸਾਡੀਆਂ ਸਾਰੀਆਂ ਜ਼ਰੂਰਤਾਂ ਕੀ ਹੋਣਗੀਆਂ ਪੂਰੀਆਂ ਹੋਣਗੀਆਂ ਇਸ ਕਰਕੇ ਖੁਦਾ ਦਾ ਵਚਨ ਸਾਨੂੰ ਇਹ ਦੱਸਦਾ ਵਾ ਕਿ ਅਸੀਂ ਆਗਿਆਕਾਰੀ ਕਰਨੀ ਆ ਆਗਿਆਕਾਰੀ ਕਰਨੀ ਬਹੁਤ ਹੀ ਆ ਜ਼ਰੂਰੀ ਹੈ ਅਗਰ ਅਸੀਂ ਆਗਿਆਕਾਰੀ ਨਹੀਂ ਤਾਂ ਫਿਰ ਸਾਡੀ ਜ਼ਿੰਦਗੀ ਕੀ ਆ ਸਾਡਾ ਜੀਵਨ ਅਧੂਰਾ ਵਾ ਅਸੀਂ ਕਦੇ ਕਦੇ ਸਫਲ ਨਹੀਂ ਹੋਵਾਂਗੇ ਕਿਉਂਕਿ ਸਾਡੇ ਅੰਦਰ ਖੁਦਾ ਦਾ ਵਚਨ ਨਹੀਂ ਹੈ ਇਹ ਕੈਦ ਵੇਖੋ ਇਫਸੀਆਂ ਇਸ ਦਾ 6 ਅਧਿਆਇ ਵੇਖੋ ਕੀ ਪਰਮੇਸ਼ਰ ਵਾਅਦਾ ਕਰਦਾ ਉਹਨਾਂ ਲੋਕਾਂ ਦੇ ਨਾਲ ਲਿਖਿਆ ਗਿਆ ਕਿ ਧਰਮ ਦੀ ਗੱਲ ਆ ਅੱਜ ਜਿੰਨੇ ਵੀ ਲੋਕ ਕੀ ਕਰਦੇ ਨੇ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰਦੇ ਹਨ ਅੱਜ ਉਹ ਖੁਸ਼ ਨੇ ਉਹਨਾਂ ਦੇ ਮਾਤਾ ਪਿਤਾ ਖੁਸ਼ ਨੇ ਘਰ ਵਿੱਚ ਕੁਝ ਹਾਲ ਹੀ ਆ ਪ੍ਰਭੂ ਉਹਨਾਂ ਦੇ ਘਰ ਵਿੱਚ ਨੇ ਸੰਡੇ ਨੂੰ ਸੰਤਾਂ ਨੇ ਵਚਨ ਸੁਣਿਆ ਛੋਟੇ ਸੰਤਾਂ ਨੇ ਪਾਸਟਰ ਮਨੀਰ ਜੀ ਦਾ उन्हें कहा कि सानू अपने माता पिता की सेवा करनी है खुदा तद खुश होगा जो असी अपने माता पिता की सेवा करेंगे फिर शाम के समय जो असी मीटिंग तो गए तो मैंने कहता भी डैडी मैं ताडे लत्ता कुटांगा ਲੱਤਾਂ 'ਤੇ ਤੇਲ ਲਾਵਾਂਗਾ ਫਿਰ ਇਹ ਕਰਦਿਆਂ ਕਰਦਿਆਂ ਦੱਸਿਆ ਕਿ ਮੈਂ ਖੁਦਾ ਦਾ ਵਚਨ ਸੁਣਿਆ ਔਰ ਮੈਂ ਚਾਹਿਆ ਕਿ ਕਿੰਨੀ ਜ਼ਰੂਰੀ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਕੀ ਕਰੀਏ ਸੇਵਾ ਕਰੀਏ ਹੁਣ ਸੇਵਾ ਕਿਹੜੇ ਕਰਦੇ ਨੇ ਸਾਰੇ ਸੇਵਾ ਕਰਦੇ ਆ ਅੱਜ ਕਿੰਨੇ ਨੌਜਵਾਨ ਨੇ ਜਿਹੜੇ ਜੋ ਆਉਂਦੇ ਨੇ ਘਰ ਦੇ ਮਾਤਾ ਪਿਤਾ ਨੂੰ ਮਾਰ ਕੁੱਟ ਕੇ ਅਤੇ ਪੈਸੇ ਖੋਹ ਕੇ ਲੈ ਜਾਂਦੇ ਨੇ ਉਹ ਵੀ ਤਾਂ ਬੱਚੇ ਨੇ ਨਾ
ਅਭੀ ਤੇ ਬੱਚੇ ਹੈ ਨਾ, ਉਹ ਮਾਤਾ ਪਿਤਾ ਕਿੰਨੇ ਖੁਸ਼ ਨੇ। ਜੇ ਮਾਤਾ ਪਿਤਾ ਖੁਸ਼ ਨੇ ਤੇ ਖੁਦਾ ਕਿੱਥੇ ਖੁਸ਼ ਆ? ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਦਾ ਬੱਚਾ ਐਸਾ ਹੋਏਗਾ, ਪਰ ਅੱਜ ਸਾਨੂੰ ਉਹਨਾਂ ਬੱਚਿਆਂ ਦੇ ਵਾਸਤੇ ਪ੍ਰਾਰਥਨਾ ਕਰਨ ਦੀ ਕੀ ਹੈ ਲੋੜ ਹੈ। ਜਦੋਂ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰਾਂਗੇ, ਲਗਾਤਾਰ ਪ੍ਰਾਰਥਨਾ ਕਰਾਂਗੇ, ਟੀਟ ਹੋ ਕੇ ਪ੍ਰਾਰਥਨਾ ਕਰਾਂਗੇ, ਇੱਕ ਦਿਨ ਖੁਦਾ ਸਾਡੀ ਪ੍ਰਾਰਥਨਾ ਨੂੰ ਕੀ ਕਰਨਗੇ? ਸਭ ਤਾਰੀਫ ਕਰੋ ਪਰਮੇਸ਼ਵਰ ਦੀ। ਹਾਂਜੀ ਇਫਸੀਓ 6 ਦੇ ਆਏ। ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ, ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਓ ਦਾ ਆਦਰ ਕਰ, ਭਈ ਤੇਰਾ ਭਲਾ ਹੋਵੇ, ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਕਿਉਂਕਿ ਲਿਖਿਆ ਕਿ ਇਹ ਧਰਮ ਦੀ ਗੱਲ ਹੈ ਕਿ ਤੂੰ ਆਪਣੇ ਮਾਤਾ ਪਿਤਾ ਦੀ ਆਗਿਆਕਾਰੀ ਕਰ, ਧਰਤੀ ਉੱਪਰ ਤੇਰੀ ਉਮਰ ਕੀ ਹੋਵੇਗੀ। ਤਾਰੀਫ ਕਰੋ ਪਰਮੇਸ਼ਵਰ ਦੀ। ਕਿਉਂਕਿ ਜਦੋਂ ਅਸੀਂ ਇਹ ਖੁਦਾ ਦਾ ਵਚਨ, ਖੁਦਾ ਦਾ ਪਾਕ ਕਲਾਮ ਉਹਨਾਂ ਨੂੰ ਖੋਲ ਕੇ ਸੁਣਾਵਾਂਗੇ, ਤਾਂ ਸਾਡੇ ਬੱਚਿਆਂ ਦਾ ਜੀਵਨ ਕੀ ਹੋਵੇਗਾ? ਬਚ ਜਾਏਗਾ। ਇੱਕ ਦਿਨ ਐਸਾ ਤੁਹਾਡੀ ਜ਼ਿੰਦਗੀ 'ਚ ਆਏਗਾ ਔਰ ਤੁਹਾਡਾ ਬੱਚਾ ਸਾਰੀਆਂ ਬੁਰੀਆਂ ਆਦਤਾਂ ਛੋੜ ਦੇਵੇਗਾ। ਇਸ ਮੰਡੀ 'ਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕੀ ਕੀਤਾ, ਉਹਨਾਂ ਆਦਤਾਂ ਨੂੰ ਛੱਡ ਦਿੱਤਾ। ਕਿਉਂਕਿ ਐਸੇ ਲੋਕ ਮੰਡਲੀ ਵਿੱਚ ਆਏ ਜਿਹੜੇ ਕੀ ਕਰਦੇ ਸੀ, ਬੁਰੀ ਲੋਕਾਂ ਦੇ ਨਾਲ ਜਾ ਕੇ ਘਰ ਦੇ ਵਿੱਚ ਹਥਿਆਰ ਲੈ ਕੇ ਤੇ ਜਾ ਕੇ ਤੇ ਲੋਕਾਂ ਨੂੰ ਮਾਰਦੇ ਸੀ। ਜਦ ਉਹਨਾਂ ਦੇ ਅੰਦਰ ਖੁਦਾ ਦਾ ਵਚਨ ਪਹੁੰਚਾ, ਉਹਨਾਂ ਨੇ ਆਪਣੇ ਕੀ ਕੀਤੇ, ਹੱਥ ਖੜੇ ਕਰ ਦਿੱਤੇ, ਆਪਣੇ ਨੂੰ ਸਿਲੰਡਰ ਕਰ ਦਿੱਤਾ, ਕਿਉਂਕਿ ਮੈਂ ਜੋ ਕੁਛ ਕੀਤਾ ਇਸ ਤੋਂ ਅੱਗੇ ਮੈਂ ਨਹੀਂ ਕਰਾਂਗਾ, ਕਿਉਂਕਿ ਇਹ ਬੁਰਾ ਰਸਤਾ ਰਾਹ ਕੀ ਹੈ, ਬੁਰਾ ਰਾਹ ਵਾ। ਬੁਰੇ ਰਾਹ ਤੋਂ ਬਚਣ ਦੀ ਸਾਨੂੰ ਕਾਹਦੀ ਲੋੜ ਆ? ਖੁਦਾ ਦੇ ਵਚਨ ਦੀ। ਲਿਖਿਆ ਕਿ ਵਾਅਦੇ ਨਾਲ ਪਰਮੇਸ਼ਰ ਦਾ ਪਹਿਲਾ ਹੁਕਮ ਕਿ ਤੁਹਾਡੀ ਉਮਰ, ਤੁਹਾਡੀ ਉਮਰ ਲੰਮੀ ਹੋਵੇਗੀ। ਸਭ ਤਾਰੀਫ ਕਰੋ ਪਰਮੇਸ਼ਵਰ ਦੀ। ਕੀ ਅਸੀਂ ਅੱਜ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਚ ਜਾਣ? ਕੀ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਬਚ ਜਾਣ, ਸਾਡੇ ਬੱਚਿਆਂ ਦਾ ਜੀਵਨ ਬਚ ਜਾਵੇ, ਸਾਡੇ ਬੱਚੇ ਸਹੀ ਰਸਤੇ ਤੇ ਆ ਜਾਣ, ਸਾਡੇ ਘਰ ਦੇ ਵਿੱਚ ਕੁਝ ਹਾਲ ਹੀ ਆ ਜਾਵੇ, ਸਾਡਾ ਘਰ ਬਦਲ ਜਾਵੇ, ਪ੍ਰਭੂ ਦੀ ਸ਼ਾਂਤੀ ਸਾਡੇ ਘਰ ਵਿੱਚ ਆ ਜਾਵੇ। ਅੱਜ ਕਿੰਨੇ ਲੋਕ ਦੁਖੀ ਨੇ, ਅੱਜ ਕਿੰਨੇ ਮਾਤਾ ਪਿਤਾ ਆਪਣੀ ਔਲਾਦ ਤੋਂ ਦੁਖੀ ਨੇ, ਆਪਣੀ ਸੰਤਾਨ ਤੋਂ ਦੁਖੀ ਨੇ, ਕਿਉਂਕਿ ਉਹਨਾਂ ਬੱਚਿਆਂ ਦੇ ਅੰਦਰ ਖੁਦਾ ਦਾ ਵਚਨ ਹੈ ਨਹੀਂ। ਅੱਜ ਸਾਨੂੰ ਇਸ ਵਚਨ ਦੀ ਕੀ ਆ ਲੋੜ ਹੈ। ਅਗਰ ਇਹ ਵਚਨ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਤੇ ਸਾਡੇ ਬੱਚੇ ਬੁੱਧੀਮਾਨ ਬਣਨਗੇ। ਕਿਉਂਕਿ ਲਿਖਿਆ ਕਿ ਧਰਮੀ ਦਾ ਪਿਤਾ ਅੱਤ ਖੁਸ਼ ਹੋਵੇਗਾ। ਜ਼ਬੂਰ 127 ਉਹਦੀ 3 ਐਤ ਵਿੱਚ ਲਿਖਿਆ, ਵੇਖ ਬੱਚੇ ਯਹੋਵਾ ਦੇ ਵੱਲੋਂ ਮੇਰਾ ਸਨ। ਅਬਰਾਹਮ ਦੇ ਬਾਰੇ ਕਿੰਨੇ ਲੋਕ ਜਾਣਦੇ ਆ? ਅਬਰਾਹਮ ਦੇ ਬਹੁਤ ਲੋਕ ਜਾਣਦੇ ਆ। ਅਬਰਾਹਮ ਕਿੰਨਾ ਚਿਰ ਚੱਲਿਆ ਪਰਮੇਸ਼ਰ ਦੇ ਨਾਲ, ਕਿੰਨਾ ਚਿਰ ਚੱਲਿਆ ਵਾ ਅਬਰਾਹਮ ਪਰਮੇਸ਼ਰ ਦੇ ਨਾਲ, ਕਿੰਨਾ ਸਮਾਂ ਚੱਲਿਆ? ਲਿਖਿਆ ਕਿ 24 ਸਾਲ, 24 ਸਾਲ ਅਬਰਾਹਮ ਪਰਮੇਸ਼ਰ ਨਾਲ ਚੱਲਿਆ ਔਰ ਉਸ ਵਾਅਦੇ ਦੀ ਅਡੀਕ ਕਰਦਾ ਰਿਹਾ। 25 ਸਾਲ ਵਿੱਚ ਜਾ ਕੇ ਪਰਮੇਸ਼ਰ ਨੇ ਕੀ ਕੀਤਾ? ਉਹਨੂੰ ਪੁੱਤਰ ਦਿੱਤਾ, ਉਹਨੂੰ ਪੁੱਤਰ ਦਿੱਤਾ ਪਰਮੇਸ਼ਰ ਨੇ। ਜਦ ਤੁਸੀਂ ਉਤਪਤ 18 ਉਦਯ ਪੜੋਗੇ ਤੁਹਾਡੇ ਸਾਹਮਣੇ ਵਚਨ ਆਏਗਾ ਕਿ ਪਰਮੇਸ਼ਰ ਨੇ ਆਪਣੇ ਵਾਅਦੇ ਨੂੰ ਕੀ ਕੀਤਾ, ਪੂਰਾ ਕੀਤਾ। ਜਦ ਤੁਸੀਂ ਰੋਮੀਓ 4 ਉਦਯ ਦੀ 18 ਐਤ ਪੜੋਗੇ, ਲਿਖਿਆ ਕਿ ਨਰਾਚਾ ਵਿੱਚ ਆਸ ਦੇ ਨਾਲ ਪ੍ਰਤੀਤ ਕੀਤੀ ਕਿ ਜਿਹਦਾ ਵਚਨ ਸੁਣਿਆ ਸੀ ਪੂਰਾ ਕਰਨ ਦੀ ਸ਼ਕਤੀ ਸਵਤਾਰੀ ਕੋਲ ਪਰਮੇਸ਼ਵਰ ਦੀ। ਅੱਜ ਇਸ ਮੰਡੀ ਦੇ ਵਿੱਚ 70 ਬੱਚੇ ਹੋ ਚੁੱਕੇ ਆ ਸਨ 2015 ਤੋਂ ਮਗਰੋਂ, ਪਹਿਲਾਂ ਤੇ ਕੋਈ ਲਿਖ ਨਹੀਂ ਸਾਡੇ ਕੋਲ ਗਏ। ਅੱਜ ਕਈ ਬੱਚੇ ਦਾੜੀਆਂ ਵਾਲੇ ਹੋਏ ਨੇ,
ਇੱਥੇ ਪਤਾ ਨੀ ਭੈਣ ਅੱਜ ਆਈ ਕਿ ਨਹੀਂ, ਉਹ ਕਿਤੇ ਕਹਿਣ ਡੇ ਗਏ ਪਾਸਟਰ ਜੀ ਮੇਰਾ ਵੀ ਜੀ ਕਰਦਾ ਹੁਣ ਲੋਕੀ ਜਦੋਂ ਬੱਚੇ ਲੈ ਕੇ ਤੁਹਾਡੇ ਘਰ ਹਾਰ ਪਾਉਂਦੇ ਨੇ ਨਾ ਤੇ ਖੁਸ਼ੀਆਂ ਨਾਲ ਆਉਂਦੇ ਨੇ ਭੰਗੜਾ ਪਾਉਂਦੇ ਢੋਲ ਵਜਾਉਂਦੇ ਤੇ ਮੇਰਾ ਵੀ ਜੀ ਕਰਦਾ ਮੈਂ ਵੀ ਆਪਣੇ ਬੱਚਿਆਂ ਨੂੰ ਕੀ ਕਰਾਂ ਏਦਾਂ ਹੀ ਖੜਾ ਸਾਹਿਬ ਤਾਰੀ ਗੁਰੂ ਪਰਮੇਸ਼ਰ ਦੀ ਕਿੰਨੀ ਖੁਸ਼ੀ ਹੁੰਦੀ ਅੱਜ ਕਿੰਨੇ ਲੋਕਾਂ ਨੇ ਗਵਾਹੀ ਦਿੱਤੀ ਹੈ ਅੱਜ ਕਿੰਨੇ ਲੋਕਾਂ ਦੇ ਬਾਰੇ ਪਰਮੇਸ਼ਰ ਬੋਲੇ ਨੇ ਪਰਮੇਸ਼ਰ ਜੋ ਕੁਛ ਬੋਲਦੇ ਉਹ ਕਰਦੇ ਨੇ ਕਿਉਂਕਿ ਲੈ ਕੇ ਉਹਨਾਂ ਦਾ ਹਰ ਵਾਅਦਾ ਕੀ ਆ ਪੂਰਾ ਹੈ ਉਹਨਾਂ ਦਾ ਕੋਈ ਵਾਅਦਾ ਅਧੂਰਾ ਨਹੀਂ ਹੈ ਉਹਨਾਂ ਨੇ ਜੋ ਕੁਛ ਕਿਹਾ ਉਹਨਾਂ ਨੇ ਕੀਤਾ ਅਸੀਂ ਕੱਟ ਨਹੀਂ ਕਰ ਸਕਦੇ ਕਿਉਂਕਿ ਉਹ ਸਰਬ ਸ਼ਕਤੀਮਾਨ ਨੇ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਕੀ ਕਰਦੇ ਨੇ ਉਹ ਪੂਰਾ ਕਰਦੇ ਨੇ ਲਿਖਿਆ ਗਿਆ ਕਿ ਸੈਰਾਂ ਦੀ ਕੁੱਖ ਨੂੰ ਸੋਕਾ ਲੱਗ ਗਿਆ ਫਿਰ ਦੱਸਿਆ ਗਿਆ ਕਿ ਉਹਨੇ ਖੁਦਾ ਦੇ ਵਚਨਾਂ ਉੱਪਰ ਛੱਕਾ ਨਹੀਂ ਕੀਤੀ ਔਰ ਦੱਸਿਆ ਗਿਆ ਕਿ ਉਹਨੇ ਕੀ ਕੀਤਾ ਪਰਮੇਸ਼ਰ ਦੀ ਵਡਿਆਈ ਕੀਤੀ ਐਸਾ ਤਾਰੀ ਕਰੋ ਪਰਮੇਸ਼ਵਰ ਦੀ ਲਿਖਿਆ ਜਦ ਅਬਰਾਹਮ 100 ਸਾਲ ਦਾ ਹੋ ਗਿਆ ਤੇ ਲਿਖਿਆ ਕਿ ਉਹਦੀ ਦੇਹੀ ਜਿਹੜੀ ਮੁਰਦੇ ਵਰਗੀ ਹੋ ਗਈ ਔਰ ਦੱਸਿਆ ਕਿ ਫਿਰ ਵੀ ਉਹਨੇ ਕੀ ਕੀਤਾ ਵਾ ਉਹਨੇ ਆਪਣੇ ਯਹੋਵਾ ਪਰਮੇਸ਼ਰ ਦੀ ਕੀ ਕੀਤੀ ਆ ਵਡਿਆਈ ਕੀਤੀ ਐ ਸਭ ਤਾਰੀ ਕਰੋ ਪਰਮੇਸ਼ਰ ਦੀ ਕਿਉਂਕਿ ਅਸੀਂ ਪਰਮੇਸ਼ਰ ਦੀ ਵਡਿਆਈ ਵਾਸਤੇ ਆਏ ਸਾਰੇ ਸਾਡਾ ਹੋਰ ਕੋਈ ਇੱਥੇ ਆਉਣ ਦਾ ਮੇਨ ਮਕਸਦ ਨਹੀਂ ਪ੍ਰਭੂ ਸਾਨੂੰ ਕਿਉਂ ਲੈ ਕੇ ਇਸ ਧਰਤੀ ਤੇ ਆਏ ਨੇ ਕਿ ਧਰਤੀ ਤੇ ਜਾ ਕੇ ਇਨਸਾਨ ਮੇਰੀ ਕੀ ਕਰੇ ਮੇਰੀ ਮਹਿਮਾ ਕਰੇ ਮੇਰੀ ਵਡਿਆਈ ਕਰੇ ਮੇਰੀ ਹਜ਼ੂਰੀ ਵਿੱਚ ਮੱਥਾ ਟੇਕੇ ਗਾਉਂਦਾ ਵਜਾਉਂਦਾ ਮੇਰੇ ਘਰ ਦੇ ਵਿੱਚ ਆਵੇ ਨਾਰੇ ਮਾਰਦਾ ਮੇਰੇ ਘਰ ਦੇ ਵਿੱਚ ਆਵੇ ਮੇਰੀ ਵਡਿਆਈ ਕਰਦਾ ਆਵੇ ਪ੍ਰਭੂ ਕਿੰਨੇ ਖੁਸ਼ ਹੁੰਦੇ ਨੇ ਉਹ ਲਿਖਿਆ ਕਿ ਉਹਨਾਂ ਵਾਸਤੇ ਸਾਰੀਆਂ ਆਸਾਂ ਨੇ ਪ੍ਰਭੂ ਦੀਆਂ ਕਿਉਂਕਿ ਉਹਨਾਂ ਨੇ ਕੀ ਕੀਤਾ ਜੀਤੇ ਜੀ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕੀਤਾ ਅੱਜ ਜਿੰਨੇ ਲੋਕਾਂ ਨੇ ਆਗਿਆ ਦੀ ਪਾਲਣ ਕੀਤਾ ਉਹਨਾਂ ਦੇ ਬਾਰੇ ਦੱਸਿਆ ਕਿ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਵਾ ਜੋ ਕੁਛ ਵੀ ਕਿਸੇ ਨੇ ਕੀਤਾ ਉਹ ਵਚਨ ਵਿੱਚ ਲਿਖਿਆ ਗਿਆ ਵਾ ਜੇ ਕਿਸੇ ਨੇ ਚੰਗਾ ਕੀਤਾ ਜਾਂ ਕਿਸੇ ਨੇ ਮਾੜਾ ਕੀਤਾ ਵਾ ਉਹ ਵੀ ਲਿਖਿਆ ਗਿਆ ਵਾ ਤਦ ਲਿਖਿਆ ਕਿ ਇਹ ਵਚਨ ਸੱਚ ਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਅਸੀਂ ਕੀ ਕਰਨਾ ਵਾ ਆਪਣੇ ਬੱਚਿਆਂ ਨੂੰ ਕੀ ਕਰਨਾ ਆਪਣੇ ਬੱਚਿਆਂ ਨੂੰ ਸਿਖਾਉਣਾ ਆਏ ਸਿਰਲੇ ਸੁਣੋ ਯਹਵਾ ਤੁਹਾਡਾ ਇੱਕ ਹੀ ਪਰਮੇਸ਼ਰ ਹੈ ਆਪਣੇ ਪੂਰੇ ਜੋਸ਼ ਆਪਣੀ ਪੂਰੀ ਬੁੱਧ ਆਪਣੀ ਪੂਰੀ ਤਾਕਤ ਨਾਲ ਕੀ ਕਰ ਯਹਵਾ ਆਪਣੇ ਪਰਮੇਸ਼ਰ ਨੂੰ ਪਿਆਰ ਕਰ ਸਭ ਤਾਰੀ ਕਰੋ ਪਰਮੇਸ਼ਰ ਦੀ ਉਹਦੇ ਪਿਆਰ ਦੇ ਮਨ ਸਾਡਾ ਕੋਈ ਕੋਈ ਪਿਆਰ ਨਹੀਂ ਹੈਗਾ ਉਹਨਾਂ ਦਾ ਪਿਆਰ ਮਹਾਨ ਆ ਉਹਨਾਂ ਨੇ ਵੱਡਾ ਪਿਆਰ ਸਾਡੇ ਨਾਲ ਕੀਤਾ ਵਾ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਕੀ ਕਰ ਰਹੇ ਨੇ ਪੂਰਾ ਕਰ ਰਹੇ ਆ ਇਹ ਭੈਣ ਜੀ ਗਵਾਹੀ ਦੇ ਰਹੇ ਸੀ ਨਾਗਾ ਜਿਹੜੀ ਭੈਣ ਨੇ ਗਵਾਹੀ ਦਿੱਤੀ ਆ ਜਦੋਂ ਆਪਣੇ ਪੋਤਰੀ ਨੂੰ ਪ੍ਰਾਰਥਨਾ ਕਰਾਉਣ ਵਾਸਤੇ ਲਿਆਏ ਤੇ ਇਹਨਾਂ ਨੇ ਕਿਹਾ ਕਿ ਮਾਸਟਰ ਜੀ ਮੈਂ ਠੀਕ ਨਹੀਂ ਰਹਿੰਦੀ ਮੈਂ ਕੀ ਗੱਲ ਕਹਿੰਦੇ ਵੀ ਮੇਰੇ ਜਿਹੜੇ ਰੀੜ ਦੀੜੀ ਦੇ ਦੋ ਮੁੜਕੇ ਜਿਹੜੇ ਨੇ ਫਿਸ ਗਏ ਆ ਮੈਂ ਭੈਣ ਮੁੜਕੇ ਤੇ ਤੇਰੇ ਸਹੀ ਆ ਕਹਿੰਦੇ ਨਹੀਂ ਐਕਸਰੇ ਵਿੱਚ ਵੀ ਇਹੋ ਰਿਪੋਰਟ ਹੈ ਮੈਂ ਕਿਹਾ ਨਹੀਂ ਭੈਣ ਤੇਰਾ ਮਣਕਾ ਕੋਈ ਨਹੀਂ ਫਿਸਾ ਤੇਰੇ ਮਣਕੇ ਸਾਰੇ ਠੀਕ ਨੇ ਆ ਤੇਰੀ ਯਸੂ ਦੇ ਗਾੜੀ ਮੰਗ ਮਾਫੀ ਤੇ ਹੁਣੇ ਤੂੰ ਠੀਕ ਇਹਨੇ ਕੋਈ ਮੀਟਿੰਗ ਨਹੀਂ ਸੀ ਵੇਖੀ ਵੀ ਸ਼ੁਕਰਵਾਰ ਦੇ ਦਿਨ ਵਿੱਚ ਨਾ ਮੀਟਿੰਗ ਨਹੀਂ ਸੀ ਕੋਈ ਕਿਸੇ ਨੂੰ ਪ੍ਰਾਰਥਨਾ ਕਰਨ ਵਾਸਤੇ ਆਏ ਸੀ ਜਦੋਂ ਪ੍ਰਾਰਥਨਾ ਕੀਤੀ ਪ੍ਰਾਰਥਨਾ ਦਾ ਪਰਮੇਸ਼ਰ ਨੇ ਕੀ ਕੀਤਾ ਖੁਦਾ ਦੇ ਆਤਮਾ ਛੂ ਲਿਆ ਇਹਨਾਂ ਨੂੰ ਸ਼ਾਮ ਤੇ ਸਮੇਂ ਭੈਣ ਫੇਰ ਆਈ ਮੈਂ ਕਿਹਾ ਭੈਣ ਜੀ ਸੁਣੋ ਕਹਿੰਦੀ ਮੈਂ ਸਵੇਰ ਦੀ ਕੰਮ ਕਰਨ ਰਹੀ ਹਾਂ ਸਭ ਤਾਰੀ ਕੋਲ ਪਰਮੇਸ਼ਵਰ ਦੀ ਇਹ ਮਹਿਮਾ ਕਿਹਦੀ ਆ ਕੋਈ ਨੀ ਮੈਂ ਕਿਹਾ ਭੈਣ ਤੇਰਾ ਮਨ ਕਿਹਾ ਪਿਤਾ ਯਸੂ ਦਾ ਧੰਨਵਾਦ ਕਰ ਤੂੰ ਯਸੂ ਤੋਂ ਦੂਰ ਆ ਅੱਜ ਕਿੰਨੇ ਲੋਕ ਯਸੂ ਤੋਂ ਦੂਰ ਨੇ ਆਏ ਹੋਏ ਵੀ ਉਹਦੀ ਬੰਦਗੀ ਨਹੀਂ ਕਰਦੇ ਤਾਲੀ ਨਹੀਂ ਮਾਰਦੇ ਵੀ ਭਜਨ ਨਹੀਂ ਬੋਲਦੇ ਵੀ ਉਹਦੀ ਮਰਜ਼ੀ ਨੂੰ ਪੂਰਾ ਨਹੀਂ ਕਰਦੇ ਵੀ ਕਿਉਂਕਿ ਬਾਈਬਲ ਵਿੱਚ ਲਿਖਿਆ ਜਦ ਤੁਸੀਂ ਮੰਡਲੀ ਵਿੱਚ ਆਉਂਦੇ ਤੁਹਾਡੇ ਕੋਲ ਕੁਛ ਨਾ ਕੁਛ ਹੋਣਾ ਇੱਕ ਗ੍ਰੰਥ 14:26 ਵਿੱਚ ਲਿਖਿਆ ਜੀ ਤੁਹਾਡੇ ਕੋਲ ਕੁਛ ਨਾ ਕੁਛ ਹੋਣਾ ਹਾਂ ਕਿਸੇ ਕੋਲ ਗੀਤ ਆ ਕਿਸੇ ਕੋਲ ਪ੍ਰਾਰਥਨਾ ਵਾ ਕਿਸੇ ਕੋਲ ਕੁਛ ਆ ਕੋਈ ਕੁਛ ਕਰ ਰਿਹਾ ਕੋਈ ਦੁਆ ਕਰ ਰਿਹਾ ਵਾ ਔਰ ਲਿਖਿਆ ਕਿ ਇਹ ਸਭ ਕੁਛ ਤੁਹਾਡੀ ਤਰੱਕੀ ਦੇ ਵਾਸਤੇ ਆ ਜੇ ਤੁਸੀਂ ਮੰਡੀ 'ਚ ਆਏ ਤੇ ਸਿੱਖ ਕੇ ਗਏ ਜੇ ਤੁਸੀਂ ਮੰਡੀ ਨਾ ਹੋਗੇ ਤੇ ਸਿੱਖੋ ਕਿਤੋਂ ਅੱਜ ਬੜੇ ਆਉਂਦੇ ਘਰੇ ਬਾਈਬਲ ਪੜ੍ਹ ਕੇ ਪੜ੍ਹ ਲੈ ਭਰਾ
ਨਹੀਂ ਹੁਣ ਪਾਸਟਰ ਜੀ ਮੈਂ ਘਰੇ ਬਾਈਬਲ ਪੜ੍ਹਨ ਮੈਂ ਚੰਗਾ ਸਿੱਖਾਂਗਾ ਕਿੱਥੋਂ ਐਸ ਸਕੂਲ ਤੋਂ ਸਿੱਖਿਆ ਜਾਂਦਾ ਜੀ ਜਿੱਥੇ ਆਪਾਂ ਸਾਰੇ ਕੀ ਕਰਨੇ ਆ ਆਪਾਂ ਸਾਰੇ ਸਿੱਖਣ ਡੇ ਆ ਔਰ ਪ੍ਰਭੂ ਦਾ ਆਤਮਾ ਕੀ ਕਰ ਰਿਹਾ ਸਾਨੂੰ ਸਭ ਨੂੰ ਸਿਖਾ ਰਿਹਾ ਵਾ ਆਪਾਂ ਸਾਰੇ ਪ੍ਰਭੂ ਦੇ ਘਰ ਦੇ ਵਿੱਚ ਸਿੱਖ ਰਹੇ ਹਾਂ ਸਿੱਖਣ ਦੇ ਵਾਸਤੇ ਆਇਆ ਔਰ ਲਿਖਿਆ ਕਿ ਇਹਨਾਂ ਕਿ ਸਾਡੇ ਕੋਲ ਸਿੱਖਿਆ ਜੀ ਸਾਡੀ ਉਮਰ ਨੀ ਇੰਨੀ ਜਿਹਨਾਂ ਸਾਨੂੰ ਸਿੱਖਣ ਦੀ ਕੀ ਆ ਲੋੜ ਹੈ ਅੱਜ ਲੋਕੀ ਕੀ ਕਰਦੇ ਬਹੁਤੇ ਬਸ ਛੇ ਕੁ ਮਹੀਨੇ ਪਾਸਟਰ ਲਾ ਕੇ ਤੇ ਮੁੜ ਕੇ ਕੀ ਕਰਦੇ ਆ ਆਂਦੇ ਹੁਣ ਆਪਣੇ ਹੀ ਸੇਵਾ ਸ਼ੁਰੂ ਕਰ ਲਈ ਹੈ ਪਰ ਬਾਈਬਲ ਵਿੱਚ ਲਿਖਿਆ ਜੇ ਜਦ ਤੱਕ ਪਵਿੱਤਰ ਆਤਮਾ ਤੁਹਾਡੇ ਉੱਤੇ ਨਾ ਆਵੇ ਯਰੂਸ਼ਲਮ ਚੋਂ ਬਾਹਰ ਬਾਹਰ ਨਹੀਂ ਜਾਣਾ ਬਾਹਰ ਜਾਓਗੇ ਤੇ ਫਸ ਜਾਓਗੇ ਸਿੱਖ ਕੇ ਜਾਓ ਸਿੱਖੋਗੇ ਤੇ ਕੀ ਕਰੋਗੇ ਸਿੱਖੋਗੇ ਤੇ ਕੀ ਕਰੋਗੇ ਸਿਖਾਓਗੇ ਤੇ ਜਿਹਨੇ ਸਿੱਖਿਆ ਨਹੀਂ ਉਹ ਕੀ ਕਰੇਗਾ ਉਹ ਨਹੀਂ ਸਿਖਾ ਸਕਦਾ ਕਿਉਂਕਿ ਸਿਖਾਉਣ ਤੋਂ ਪਹਿਲਾਂ ਸਾਨੂੰ ਕੀ ਲੋੜ ਹੈ ਸਿੱਖਣ ਦੀ ਲੋੜ ਹੈ ਆਪਾਂ ਸਭ ਕਾਹਦੇ ਵਾਸਤੇ ਆਏ ਹਾਂ ਸਿੱਖਣ ਦੇ ਵਾਸਤੇ ਆ ਸਭ ਨੇ ਕੀ ਕਰਨਾ ਵਾ ਸਿੱਖ ਕੇ ਜਾਣਾ ਵਾ ਜੋ ਕੁਝ ਆਪਣੇ ਦਿਲ ਦੇ ਵਿੱਚ ਉਤਾਰ ਕੇ ਉਹ ਲੈ ਕੇ ਜਾਣਾ ਵਾ ਕਿੰਨੇ ਲੋਕ ਬਰਕਤ ਲੈ ਕੇ ਜਾਣਗੇ ਸਾਰੀਆਂ ਆਚਾ ਪ੍ਰਭੂ ਬੈਠੇ ਨੇ ਪ੍ਰਭੂ ਸਾਰੀਆਂ ਬਰਕਤਾਂ ਲੈ ਕੇ ਬੈਠੇ ਜੋ ਪਰ ਮਿਲਣੀ ਕਦੋਂ ਆਏ ਮਿਲਣੀ ਕਦੋਂ ਆ ਬਰਕਤ ਦੇ ਕਲਮੇ ਤੋਂ ਬਾਅਦ ਮਿਲੇਗੀ ਜਦ ਬਰਕਤ ਦਾ ਕਲਮਾ ਪੜਿਆ ਜਾਵੇਗਾ ਤੇ ਉਸ ਵਕਤ ਪ੍ਰਭੂ ਆਪਣੀਆਂ ਬਰਕਤਾਂ ਵੰਡਣੀਆਂ ਸ਼ੁਰੂ ਕਰਨਗੇ ਤੇ ਜਿਹੜੇ ਭੱਜਾਂ ਦੇ ਪਹਿਲਾਂ ਹੀ ਸਾਰਾ ਮੈਦਾਨ ਹੀ ਵਿਹਲਾ ਹੋ ਜਾਂਦਾ ਕਿੱਧਰ ਗਏ ਭਰਾ ਲੋਕ ਚੰਦ ਸਭ ਭੱਜ ਗਏ ਲੋਕ ਕੰਮ ਵਾਲੇ ਭੱਜ ਗਏ ਸਾਰੇ ਲੈ ਫਿਰ ਬਰਕਤ ਲੈ ਜਾ ਤੂੰ ਭਰਾ ਰਹਿ ਗਿਆ ਜੀ ਉਹਨਾਂ ਦੀ ਵੀ ਲੈ ਜਾ ਜਿਹਨਾਂ ਨੂੰ ਦੁਨੀਆਂ ਦੇ ਕੰਮਾਂ ਦੀ ਛੇਤੀ ਸੀ ਅੱਜ ਕਿੰਨੇ ਲੋਕ ਅੱਧਾ ਚਰਚ ਛੱਡ ਕੇ ਆ ਜਾਂਦੇ ਆ ਇਸ ਮੰਡਲੀ ਵਿੱਚ ਹੋਵੇ ਕਿੰਨੇ ਲੋਕ ਚਲੇ ਗਏ ਨੇ ਕਿੰਨੇ ਲੋਕ ਚਲੇ ਗਏ ਨੇ ਲਾਡੀ ਐਮ ਸੀ ਕਿੱਥੇ ਆ ਨੀਂਦਰ ਦਾ ਪ੍ਰੇਮੀ ਆ ਉਹਨਾਂ ਨੂੰ ਬਚਨਾਂ ਨਾਲ ਮਤਲਬ ਨਹੀਂ ਹੈਗਾ ਵੀ ਉਹ ਸਿਰਫ ਧਰਤੀ ਉੱਤੇ ਇੱਕ ਫਾਰਮੈਲਿਟੀ ਕਰਨ ਦੇ ਵਾਸਤੇ ਆਏ ਨੇ ਪ੍ਰਭੂ ਵਾਸਤੇ ਨਹੀਂ ਆਏ ਉਹ ਪ੍ਰਭੂ ਨੇ ਕਿਹਾ ਜਿਹੜਾ ਬੂਟਾ ਮੇਰੇ ਪਿਤਾ ਨੇ ਨਹੀਂ ਲਾਇਆ ਉਹ ਜੜ ਤੋਂ ਅਖਾੜਿਆ ਜਾਏਗਾ ਸਭ ਤਾਰੀਖ ਨੂੰ ਪਰਮੇਸ਼ਵਰ ਦੀ ਕਿਹੜਾ ਬੂਟਾ ਵਾ ਜਿਹੜਾ ਅੱਧ ਛੱਡ ਕੇ ਚਲਾ ਜਾਂਦਾ ਵਾ ਉਹਦਾ ਕੋਈ ਅਰਥ ਨਹੀਂ ਹੈਗਾ ਆਉਂਦਾ ਭਾਵੇਂ ਨਾ ਆਉਂਦਾ ਕੋਈ ਅਰਥ ਨਹੀਂ ਸੀ ਪਰ ਅਰਥ ਉਹਨਾਂ ਲੋਕਾਂ ਤੋਂ ਜਿਹੜੇ ਕੀ ਕਰਨਗੇ ਬਰਕਤ ਦੇ ਕਲਮੇ ਤੋਂ ਕੀ ਕਰਨਗੇ ਮਗਰੋਂ ਜਾਣਗੇ ਆਪਣੇ ਬਰਕਤਾਂ ਲੈ ਕੇ ਜਾਣਗੇ ਅੱਜ ਸਭ ਨੇ ਕੀ ਕਰਨਾ ਵਾ ਬਰਕਤਾਂ ਲੈ ਕੇ ਜਾਣਾ ਵਾ ਅਸੀਂ ਬਰਕਤਾਂ ਵਾਸਤੇ ਆਏ ਹਾਂ ਅਸੀਂ ਤੰਦਰੁਸਤੀ ਦੇ ਵਾਸਤੇ ਆਏ ਹਾਂ ਅਸੀਂ ਆਪਣੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਆਏ ਹਾਂ ਅਸੀਂ ਸਵਰਗ ਰਾਜ ਦੇ ਵਾਸਤੇ ਆਏ ਹਾਂ ਕਿਉਂਕਿ ਦੱਸਿਆ ਗਿਆ ਕਿ ਸਾਡਾ ਇੱਥੇ ਆਉਣ ਦਾ ਕੋਈ ਮੇਨ ਮਕਸਦ ਹੈ ਰਾਤ ਦੇ 12 ਵਜੇ ਕਿਉਂ ਬੈਠੇ ਸਭ ਦੁਨੀਆ ਘਰਾੜੇ ਮਾਰ ਰਹੀ ਹੈ ਦੇਖੋ ਜਾ ਕੇ ਜਾਂ ਫਿਰ ਜਿਹੜਾ ਨਹੀਂ ਸੁੱਤਾ ਤੇ ਕੀ ਕਰਦਾ ਉਹ ਬੁਰਾ ਕੰਮ ਕਰ ਰਿਹਾ ਜੀ ਉਹ ਮੋਬਾਈਲ ਲਾ ਕੇ ਗੰਦੀਆਂ ਫਿਲਮਾਂ ਵੇਖਣ ਡਿਆ ਹੋਵੇ ਚਾਹੇ ਠੇਕੇ 'ਚ ਬੈਠਾ ਚਾਹੇ ਜੂਏਖਾਨੇ 'ਚ ਬੈਠਾ ਹੋਵੇਗਾ ਉਹਨਾਂ ਨਾਲ ਪ੍ਰਭੂ ਦਾ ਵਾਅਦਾ ਹੈਗਾ ਉਹਨਾਂ ਨਾਲ ਪਰਮੇਸ਼ਰ ਦਾ ਵਾਅਦਾ ਹੈਗਾ ਵਾ ਉਹਨਾਂ ਨਾਲ ਪਰਮੇਸ਼ਰ ਦਾ ਕੋਈ ਵਾਅਦਾ ਨਹੀਂ ਹੈ ਕਿਉਂਕਿ ਪਰਮੇਸ਼ਰ ਦਾ ਵਾਅਦਾ ਉਹਨਾਂ ਦੇ ਨਾਲ ਜਿਹੜੇ ਉਹਦੀ ਹਜ਼ੂਰੀ ਵਿੱਚ ਹਨ ਪੂੰਛ 23:25 'ਚ ਕੀ ਲਿਖਿਆ ਵਾ ਯਾਦ ਹੈ ਕਿਸੇ ਨੂੰ ਪੂੰਛ 23:25 'ਚ ਹਾਂ ਇੱਕ ਭੈਣ ਨੇ ਹੱਥ ਖੜਾ ਕੀਤਾ ਵਾ ਦੋ ਤਿੰਨ ਲਿਖਿਆ ਤੁਸੀਂ ਯਹਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਉਹ ਤੁਹਾਡੇ ਰੋਟੀ ਤੇ ਪਾਣੀ ਨੂੰ ਮੈਂ ਤੁਹਾਡੇ ਵਿੱਚ ਬਿਮਾਰੀਆਂ ਹਾਂ ਬੰਦਗੀ ਕਰਨ ਵਾਸਤੇ ਆਏ ਆ ਬੰਦਗੀ ਨੇ ਬਿਮਾਰੀਆਂ ਜਾਣੀਆਂ ਵਾ ਬੰਦਗੀ ਨੇ ਸਭ ਕੁਝ ਹੋਣਾ ਵਾ ਬੰਦਗੀ ਨੇ ਸਵਰਗ ਰਾਜ ਜਾਣਾ ਸੀ ਆ ਜਿਹੜੇ ਨਹੀਂ ਬੈਠਦੇ ਬੰਦਗੀ 'ਚ ਨਹੀਂ ਬੈਠਦੇ ਉਹਨਾਂ ਦਾ ਕੀ ਹਾਲ ਹੋਏਗਾ ਕਿੰਨੇ ਚਿਰ ਦੀ ਆਰਾਧਨਾ ਵਾ ਸਵਰਗ 'ਚ ਕਿੰਨੇ ਚਿਰ ਦੀ ਆਰਾਧਨਾ ਵਾ ਲਿਖਿਆ ਕਿ ਨਾ ਖਤਮ ਹੋਣ ਵਾਲੀ ਜਿਹੜਾ ਇੱਥੇ ਨੇ ਘੰਟੇ ਦੋ ਵੈਸੇ ਤਾਂ ਉਹ ਸਵਰਗ 'ਚ ਕਿੱਦਾਂ ਜਾਵੇਗਾ ਕੀ ਕਰੇਗਾ ਜਾ ਕੇ ਉੱਥੇ ਜੇ ਮੰਨ ਲਓ ਚਲਾ ਵੀ ਜਾਵੇਗਾ ਤੇ ਉਹਨੂੰ ਸਵਰਗ ਕਿੱਦਾਂ ਦਾ ਲੱਗੇਗਾ ਕਿੱਦਾਂ ਦਾ ਲੱਗੇਗਾ ਉਹਨੂੰ ਸਵਰਗ ਨਰਕ ਵਰਗਾ ਲੱਗੇਗਾ ਕਿਉਂਕਿ ਉਹਨੇ ਕਦੀ ਬੈਠ ਕੇ ਇਬਾਦਤ ਕੀਤੀ ਨਹੀਂ ਹੈ ਇਬਾਦਤ ਦੇ ਨਾਲ ਤੁਸੀਂ ਸਵਰਗ ਜਾਓਗੇ ਬੰਦਗੀ ਦੇ ਨਾਲ ਸਵਰਗ ਵਿੱਚ ਜਾਓਗੇ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਇਬਾਦਤ ਕਰਦੇ ਹੋ ਬੰਦਗੀ ਕਰਦੇ ਹੋ ਵਚਨ ਪੜ੍ਹਦੇ ਹੋ ਪ੍ਰਾਰਥਨਾ ਕਰਦੇ ਹੋ ਉਹ ਤੁਹਾਡੀ ਇਬਾਦਤ ਤੁਹਾਡੀ ਬੰਦਗੀ ਹੈ
ਤੇ ਜੇ ਨਹੀਂ ਕਰਾਂਗੇ ਤੇ ਫਿਰ ਸਵਰਗ ਵਿੱਚ ਕਿੱਦਾਂ ਜਾਵਾਂਗੇ, ਕਿਤੇ ਲਾਗੇ ਪਾਵਾਂਗੇ ਜਾ ਕੇ? ਅਬਰਾਮ ਦੇ ਲਾਗੇ, ਮੂਸਾ ਦੇ ਲਾਗੇ, ਪਤਰਸ ਦੇ ਲਾਗੇ, ਕਿਤੇ ਲਾਗੇ ਪਾਵਾਂਗੇ? ਉਹਦੇ ਸਤਾ ਵਾਲੀ ਬੰਦਗੀ ਵਾਲੇ ਨੇ, ਉਹਨਾਂ ਤੋਂ ਉੱਠਣਾ ਨਹੀਂ ਹੈ। ਅੱਜ ਵੀ ਜਿਹੜੇ ਸੇਵਕ ਬੰਦਗੀ ਕਰਦੇ ਨੇ, ਕਈ ਰਹਿੰਦੇ ਬੜਾ ਟਾਈਮ ਲੱਗ ਗਿਆ, ਬੜਾ ਟਾਈਮ ਹੋ ਗਿਆ, ਬੜਾ ਟਾਈਮ, ਬੜਾ ਟਾਈਮ ਤੇ ਹੋ ਗਿਆ ਤੇ ਭਰਾ ਫਿਰ ਕੰਮ ਵੀ ਇੱਥੇ ਹੀ ਹੁੰਦੇ ਨੇ। ਕਿਉਂ ਲੋਕ ਛੱਡ ਛੱਡ ਕੇ ਭੱਜੇ ਆਉਂਦੇ? ਆਹ ਵੇਖੋ ਕਿਉਂ ਲੋਕਾਂ ਨੇ ਗਵਾਹੀ ਦਿੱਤੀ ਹੈ, ਕਿੰਨੀਆਂ ਗਵਾਹੀਆਂ ਹੋਈਆਂ ਨੇ। ਇੰਨਾ ਚਿਰ ਮੈਂ ਚਰਚ ਅੰਦਰ ਹੋਇਆ ਕੰਮ, ਕੋਈ ਕੰਮ ਕਿੱਦਾਂ ਹੋ ਗਿਆ? ਮਿਹਨਤ ਹੈ ਨਹੀਂ, ਕਾਨੂੰਨ ਹੈ ਨਹੀਂ, ਇਹ ਵਚਨ ਹੈ ਨਹੀਂ। ਵਚਨ ਤੇ ਲੋਕਾਂ ਨੇ ਮੋਦਾ ਮਾਰਿਆ ਉੱਥੇ, ਤੁਹਾਨੂੰ ਖੋਲਦੇ ਨੇ ਘੜੀ ਐਤਵਾਰ, ਘੜੀ ਦੀ ਘੜੀ ਖੋਲਿਆ, ਚੱਲ ਠੀਕ ਹੈ। ਪ੍ਰਭੂ ਕਹਿੰਦਾ ਮੇਰਾ ਸ਼ਰਾਪ ਜੇ ਤੁਹਾਨੂੰ, ਤੁਸੀਂ ਮੈਨੂੰ ਬੰਦ ਕਰਕੇ ਰੱਖਿਆ ਵਾ, ਮੈਨੂੰ ਖੋਲੋ। ਜਦੋਂ ਤੁਸੀਂ ਮੈਨੂੰ ਖੋਲੋਗੇ ਤੇ ਮੈਂ ਤੁਹਾਨੂੰ ਬੁੱਧ ਦੇਵਾਂਗਾ। ਸਭ ਤਾਰੀ ਕਰੋ ਪਰਮੇਸ਼ਵਰ ਦੀ। ਕਿਉਂਕਿ ਇਸ ਬੱਚੇ ਨੂੰ ਪੜ੍ਹਨਾ, ਜਿਸ ਗੱਲ ਦੀ ਕਮੀ ਤੁਹਾਡੀ ਜ਼ਿੰਦਗੀ ਦੇ ਵਿੱਚ ਆ, ਇਹ ਬਚਨ ਤੁਹਾਡੀ ਕਮੀ ਕੀ ਕਰੇਗਾ, ਕੀ ਕਰੇਗਾ? ਪੂਰੀ ਕਰੇਗਾ। ਬਚਨ ਦੇ ਲਿਖਿਆ ਕਿ ਬਚਨ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਵਾ। ਲਿਖਿਆ ਬਚਨ ਵੇਚ ਕੇ ਤੇ ਰੋਗੀਆਂ ਨੂੰ ਕੀ ਕਰਦਾ ਵਾ? ਚੰਗਾ ਕਰਦਾ। ਹਰ ਆਉਣ ਵਾਲੀ ਤਬਾਹੀ ਤੋਂ ਕੀ ਕਰਦਾ ਵਾ? ਬਚਾਉਂਦਾ। ਇਹ ਖੁਦਾ ਦਾ ਬਚਨ ਆ, ਇਹ ਸਮਰਥ ਬਚਨਾਂ ਦੇ ਅੰਦਰ ਆ, ਪ੍ਰਭੂ ਦੇ ਬਚਨਾਂ ਦੇ ਅੰਦਰ ਸ਼ਕਤੀ ਆ। ਹਰ ਸ਼ਬਦ ਪ੍ਰਭੂ ਦਾ ਸ਼ਕਤੀ ਨਾਲ ਭਰਪੂਰ ਆ, ਕਿਉਂਕਿ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਬਚਨ ਆ। ਜਿਹਨੂੰ ਸੁਣਨਾ ਸਾਡੇ ਵੱਚ ਕੀ ਆ? ਸੁਣਨਾ, ਮੰਨਣਾ, ਫਿਰ ਉਹਦੇ ਉੱਤੇ ਸਭ ਤਾਰੀ ਕਰੋ ਪਰਮੇਸ਼ਰ ਦੀ। ਇਸ ਕਰਕੇ ਅੱਜ ਕੀ ਕਰਨਾ? ਸਭ ਨੇ ਬਰਕਤਾਂ ਲੈ ਕੇ ਜਾਣਾ। ਹੋਰ ਇਸ ਕਰਕੇ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਵੀ ਸਮਾਂ ਬਹੁਤ ਹੋ ਚੁੱਕਾ ਵਾ। ਅਸੀਂ ਖੁਦਾ ਦੇ ਬਚਨਾਂ ਨੂੰ ਇੱਥੇ ਸਮਾਪਤ ਕਰਾਂਗੇ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ।